ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਫਿਰ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਮਾਫੀ ਚਾਹੁੰਦੇ ਅੱਜ ਪ੍ਰੋਗਰਾਮ ਕਿਸੇ ਟੈਕਨੀਕਲ ਇਸ਼ੂ ਦੀ ਵਜ੍ਹਾ ਨਾਲ ਲੇਟ ਸਟਾਰਟ ਹੋ ਰਿਹਾ ਹੈ ਕੋਸ਼ਿਸ਼ ਕਰਾਂਗੇ ਹਰ ਚੀਜ਼ ਕਵਰ ਕਰਨ ਦੀ ਦਰਸ਼ਕੋ ਬਹੁਤ ਕੁਝ ਨਵਾਂ ਵਾਪਰ ਗਿਆ ਹਰ ਇਦਾਰੇ ਨੂੰ ਹਰ ਪ੍ਰੋਗਰਾਮ ਨੂੰ ਤੁਹਾਡੇ ਸਹਿਯੋਗ ਦੀ ਲੋੜ ਹੁੰਦੀ ਹੈ ਜੇ ਤੁਸੀਂ ਚਾਹੁੰਦੇ ਹੋ ਤੁਹਾਡਾ ਅਸੀਂ ਕੋਈ ਹੈਲਪ ਕਰ ਸਕਦੇ ਹਾਂ ਬਿਜ਼ਨਸ ਦੇ ਵਿੱਚ ਵਾਧੇ ਦੀ ਕੋਈ ਤੁਸੀਂ ਐਡ ਸ਼ੂਟ ਕਰਾਉਣੀ ਹੈ ਜਸ ਪੰਜਾਬੀ ਤੁਹਾਡੇ ਲਈ ਹਮੇਸ਼ਾ ਹਾਜ਼ਰ ਹੈ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ info@justbroadcasting.com ਤੇ ਜਾਂ ਫਿਰ 209-400-5533-12 ਤੇ ਸੰਪਰਕ ਕਰ ਸਕਦੇ ਹੋ ਦਰਸ਼ਕੋ ਹੁਣੀ ਹੁਣੀ ਖਬਰ ਆਈ ਹੈ ਲੈਜੈਂਡਰੀ ਐਕਟਰ ਜਿਹੜੇ ਕਿ ਸਾਡੇ ਬਹੁਤ ਹੀ ਲੰਮੇ ਸਮੇਂ ਸੁਪਰ ਸਟਾਰ ਰਹੇ ਸਾਡੀ ਫਿਲਮ ਇੰਡਸਟਰੀ ਦੇ ਦਲੀਪ ਕੁਮਾਰ ਅੱਜ ਸਾਨੂੰ ਛੱਡ ਕੇ ਚਲੇ ਗਏ ਨੇ ਉਹਨਾਂ ਦਾ ਦੂਸਰਾ ਨਾਮ ਸਲੀਮ ਯੂਸਫ ਸੀਗਾ ਦਰਸ਼ਕੋ ਇੱਕ ਬਾਲੀਵੁੱਡ ਫਿਲਮ ਇੰਡਸਟਰੀ ਦਾ ਇੱਕ ਅਧਿਆਇ ਅੱਜ ਖਤਮ ਹੋ ਗਿਆ ਦੁਆ ਕਰਦੇ ਅੱਲਾਹ ਤਾਲਾ ਉਹਨਾਂ ਨੂੰ ਜੰਨਤ ਮੇ ਅਤਾ ਫਰਮਾਏ ਆਪਣੇ ਨਾਲ ਬਹੁਤ ਹੀ ਮੁਅੱਜ਼ਜ਼ ਮਹਿਮਾਨ ਅੱਜ ਇੰਡੀਆ ਤੋਂ ਜੁੜੇ ਹੋਏ ਨੇ ਬਹੁਤ ਨਵੀਆਂ ਗੱਲਾਂ ਆਪਣੇ ਨਾਲ ਹੈਗੀਆਂ ਨੇ ਪਰ ਟਾਈਮ ਇਜਾਜ਼ਤ ਨਹੀਂ ਦੇ ਰਿਹਾ ਆਪਾਂ ਸਿੱਧੇ ਮਹਿਮਾਨ ਨਾਲ ਹੀ ਜੁੜਦੇ ਹਾਂ ਆਪਣੇ ਨਾਲ ਜੁੜੇ ਹੋਏ ਨੇ ਮਾਣਯੋਗ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਪੰਜਾਬ ਸਟੇਟ ਦੇ ਸ਼੍ਰੀ ਜਸਵੀਰ ਸਿੰਘ ਗੜੀ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਫਿਰ ਅੱਗੇ ਵਧਾਉਂਦੇ ਪ੍ਰੋਗਰਾਮ ਗੜੀ ਸਾਹਿਬ ਬਹੁਤ ਬਹੁਤ ਸਵਾਗਤ ਜੀ ਸਾਡਾ ਓਪਨ ਪਲੇਟਫਾਰਮ ਪ੍ਰੋਗਰਾਮ 'ਤੇ ਜਸ ਪੰਜਾਬੀ 'ਤੇ ਧੰਨਵਾਦ ਜੀ ਜਸ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਔਰ ਪੰਡਾਲ ਸਾਹਿਬ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਗੜੀ ਸਾਹਿਬ ਪਹਿਲਾਂ ਤਾਂ ਮਾਫੀ ਚਾਹੁੰਦੇ ਟੈਕਨੀਕਲ ਇਸ਼ੂ ਕਰਕੇ ਥੋੜ੍ਹਾ ਜਿਹਾ ਲੇਟ ਸਟਾਰਟ ਕੀਤਾ ਆ ਮੇਰਾ ਸਿੱਧਾ ਮੈਂ ਮੁੱਦੇ 'ਤੇ ਆਉਣਾ ਗੜੀ ਸਾਹਿਬ ਬੇਗਮਪੁਰਾ ਸ਼ਹਿਰ ਕਾ ਨਾਮ ਦੁੱਖ ਆਂਦੋ ਨਹੀਂ ਥੀ ਥਾ ਆਪਾਂ ਇਹ ਗੱਲ ਕਰਦੇ ਹਾਂ ਤੁਸੀਂ ਇੱਕ ਟੀਚਾ ਲੈ ਕੇ ਚੱਲੇ ਹੋ ਗੜੀ ਸਾਹਿਬ ਬਹੁਤ ਵੱਡਾ ਆਉਣ ਵਾਲੀਆਂ ਚੁਣਾਵ ਦੇ ਵਿੱਚ ਕਿ ਅਸੀਂ ਜੀਵੇ ਪੰਜਾਬ ਜੀਵੇ ਪੰਜਾਬੀ ਬੇਗਮਪੁਰਾ ਸ਼ਹਿਰ ਕਾ ਨਾਮ ਜਿੱਦਾਂ ਲੈ ਕੇ ਚੱਲੇ ਹੋ ਕਿ ਤੁਸੀਂ ਇੱਕ ਸੁਸ਼ਾਸਨ ਲੈ ਕੇ ਆਓਗੇ ਜਿੱਥੇ ਕੋਈ ਦਲਿਤ ਨਹੀਂ ਹੋਊਗਾ ਕੋਈ ਵੱਡਾ ਆਦਮੀ ਨਹੀਂ ਹੋਊਗਾ ਸਾਰਿਆਂ ਨੂੰ ਇੱਕੋ ਜਿਹਾ ਵਰਤਾਵ ਕੀਤਾ ਜਾਊਗਾ ਪਰ ਜਿੱਦਾਂ ਦੇ ਹਾਲਾਤ ਚੱਲ ਰਹੇ ਹੈ ਗੜੀ ਸਾਹਿਬ ਜਿੱਦਾਂ ਦੀ ਕਰਪਸ਼ਨ ਦੀ ਹਨੇਰੀ ਚੱਲ ਰਹੀ ਹੈ ਉੱਥੇ ਬੇਈਮਾਨੀ ਦੀ ਚੱਲ ਰਹੀ ਹੈ ਤੁਸੀਂ ਦੇਖ ਲਾਂਗੇ ਅੱਡ ਅੱਡ ਮੁੱਦਿਆਂ 'ਤੇ ਆਪਾਂ ਗੱਲ ਕਰਾਂਗੇ ਪਰ ਤੁਹਾਨੂੰ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਕਿਹੜਾ ਬੇਸ ਕਿਹਦਾ ਓਟ ਆਸਰਾ ਲੈ ਕੇ ਚੱਲ ਰਹੇ ਹੋ ਕਿ ਅਸੀਂ ਆਹ ਚੀਜ਼ ਬਣਾ ਦੇਵਾਂਗੇ ਬਿਲਕੁਲ ਪੰਡਾਲ ਸਾਹਿਬ ਸਭ ਤੋਂ ਪਹਿਲਾਂ ਮੈਂ ਥੋੜ੍ਹੀ ਜਿਹੀ ਦਰੋਸਤੀ ਦੇ ਨਾਲ ਇਹ ਗੱਲ ਸ਼ੁਰੂ ਕਰਾਂਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦੀ ਕਲਮ ਤੋਂ ਲਿਖਿਆ ਸ਼ਬਦ ਹੈ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਦੋ ਨਹੀਂ ਤੇ ਠਾਉ ਨਾ ਤਸਵੀ ਸਖਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਵਾ ਇਹ ਜਿਹੜਾ ਸ਼ਬਦ ਵਾ ਇਹ ਜਿਹੜਾ ਤੁਸੀਂ ਸਾਡੇ ਅੱਗੇ ਇਹ ਗੱਲ ਰੱਖੀ ਆ ਕਿ ਤੁਸੀਂ ਕਿਹੜਾ ਸੁਸ਼ਾਸਨ ਦਾ ਕਿਹੜਾ ਤਰੀਕਾ ਲੈ ਕੇ ਆਓਗੇ ਜਾਂ ਕਿਹੜੀ ਤੁਸੀਂ ਆਪਣੀ ਨਵੀਂ ਪਿਰਤ ਲੈ ਕੇ ਆਓਗੇ ਤਾਂ ਮੈਂ ਨਿਮਰਤਾ ਸਾਹਿਬ ਤੇ ਬੇਨਤੀ ਕਰਨੀ ਚਾਹੁੰਦਾ ਆ ਕਿ ਸਾਡੇ ਬਜ਼ੁਰਗਾਂ ਨੇ ਸਾਡੇ ਰਹਿਬਰਾਂ ਨੇ ਸਾਡੇ ਗੁਰੂਆਂ ਨੇ ਸਾਨੂੰ ਇੱਕ ਏਜੰਡਾ ਦਿੱਤਾ ਜਿਸ ਏਜੰਡੇ ਦੀ ਸ਼ੁਰੂਆਤ ਤੁਸੀਂ ਦੇਖੋ ਕੈਲੀਫੋਰਨੀਆ ਦੀ ਧਰਤੀ ਤੇ ਬੈਠ ਕੇ ਵੀ ਤੁਸੀਂ ਗੁਰਬਾਣੀ ਦੀ ਤੁੱਕ ਚਾਹੇ ਉਹ ਪੂਰੇ ਤਰੀਕੇ ਨਾਲ ਸਹੀ ਨਹੀਂ ਸੀ ਉਚਾਰੀ ਗਈ ਲੇਕਿਨ ਫਿਰ ਵੀ ਮੈਂ ਹੈਰਾਨ ਇਸ ਗੱਲ ਤੋਂ ਆ ਕਿ ਤੁਸੀਂ ਐਡੀ ਦੂਰ ਹਜ਼ਾਰਾਂ ਮੀਲ ਦੂਰ ਬੈਠ ਕੇ ਤੁਸੀਂ ਪੰਜਾਬ ਦੀ ਧਰਤੀ ਔਰ ਪੰਜਾਬ ਦੇ ਗੁਰੂਆਂ ਦੇ ਸੁਪਨੇ ਨਾਲ ਜੁੜੇ ਹੋ ਆ ਇਹ ਸੁਪਨਾ ਗੁਰੂਆਂ ਦਾ ਹੀ ਲਿਆ ਗਿਆ ਸੀਗਾ ਕਿ ਕੋਈ ਏਦਾਂ ਦਾ ਸ਼ਹਿਰ ਜਿਹੜੇ ਏਦਾਂ ਦਾ ਰਾਜ ਸੰਕਲਪ ਧਰਤੀ ਤੇ ਆਉਣਾ ਚਾਹੀਦਾ ਮਾਰਕਸ ਤੋਂ ਵੀ 100-200 ਸਾਲ ਪਹਿਲਾਂ ਮਾਰਕਸ ਤੋਂ ਵੀ 200 ਸਾਲ ਪਹਿਲਾਂ ਇਹ ਸੁਪਨਾ ਪੰਜਾਬ ਔਰ ਪੰਜਾਬ ਦੀ ਧਰਤੀ ਤੇ ਸੁਰਜਿਆ ਗਿਆ ਕਿ ਜਿੱਥੇ ਦੁੱਖ ਖਤਮ ਹੋਣੇ ਚਾਹੀਦੇ ਆ ਜਿੱਥੇ ਟੈਕਸਾਂ ਦੀ ਮਾਰ ਘਟਣੀ ਚਾਹੀਦੀ ਆ ਜਿੱਥੇ ਚੁੰਗੀਆਂ ਦੀ ਮਾਰ ਘਟਣੀ ਚਾਹੀਦੀ ਆ ਜਿੱਥੇ ਰਾਜਾ ਆਪਣੀ ਪਰਜਾ ਨੂੰ ਡਰਾਵੇ ਨਾ ਮਰਹਮ ਮਹਿਲ ਕੋ ਨਾ ਟਕਾਵੇ ਔਰ ਇਹੋ ਜਿਹਾ ਜਿਹੜਾ ਸੰਕਲਪ ਸੀ ਅੱਜ ਤੱਕ ਵੀ ਦੇਸ਼ ਦੇ ਪੰਜਾਬ ਦੇ ਭਾਰਤ ਦੇ ਕਿਸੇ ਕੋਨੇ ਤੇ ਪੂਰਾ ਨਹੀਂ ਹੋਇਆ ਅਸੀਂ ਇਹ ਸੁਪਨਾ ਪੂਰਾ ਕਰਨਾ ਚਾਹੁੰਦੇ ਹਾਂ ਇਹ ਸੁਪਨਾ ਪੂਰਾ ਕਰਨ ਦੇ ਲਈ ਹਕੂਮਤ ਜਿਹੜੀ ਆ ਉਹ ਇਹਨਾਂ ਸੁਪਨਿਆਂ ਦੇ ਜਿਹੜੇ ਪੂਰਾ ਕਰਨ ਚਾਹੁੰਦੇ ਲੋਕ ਹੈ ਉਹਨਾਂ ਦੇ ਹੱਥ ਆਉਣੀ ਚਾਹੀਦੀ ਆ ਔਰ ਬਾਬੇ ਨਾਨਕ ਨੇ ਵੀ ਇਸ ਲੜੀ ਦੇ ਵਿੱਚ ਕਿਹਾ ਸੀਗਾ ਕਿ ਰਾਜਾ ਬਦਲੋ ਕਿ ਜਿਹੜਾ ਹਾਕਮ ਸਾਡੇ ਤੇ ਬੈਠਾ ਆ ਜਿਨ ਇਹ ਪ੍ਰਬੰਧ ਦੇਣਾ ਇਹ ਪ੍ਰਬੰਧ ਦੇਖੋ ਵਿਦੇਸ਼ਾਂ ਦੀ ਧਰਤੀ ਤੇ ਜਿਹਨਾਂ ਦੇਸ਼ਾਂ 'ਚ ਤੁਸੀਂ ਬੈਠੇ ਆ ਉੱਥੇ ਦਾ ਹਾਕਮ ਸੋਸ਼ਲ ਸਿਕਿਉਰਿਟੀ ਦੇ ਰਿਹਾ ਉੱਥੋਂ ਦਾ ਹਾਕਮ ਜੋਬ ਦੇ ਰਿਹਾ ਉੱਥੋਂ ਦਾ ਹਾਕਮ ਹਰ ਸੁਵਿਧਾ ਦੇ ਰਿਹਾ ਸਿਹਤ ਦੇ ਰਿਹਾ ਸਿੱਖਿਆ ਦੇ ਰਿਹਾ ਰੁਜ਼ਗਾਰ ਦੇ ਰਿਹਾ ਲੇਕਿਨ ਭਾਰਤ ਦੀ ਧਰਤੀ ਤੇ ਜਿੱਥੇ ਇਹ ਸੁਪਨੇ ਸਿਰਜੇ ਗਏ ਇੱਥੋਂ ਦਾ ਹਾਕਮ ਇਹ ਨਾ ਸਿਹਤ ਦੇ ਰਿਹਾ ਨਾ ਸਿੱਖਿਆ ਦੇ ਰਿਹਾ ਨਾ ਰੁਜ਼ਗਾਰ ਦੇ ਰਿਹਾ ਇੱਥੋਂ ਤੱਕ ਕਿ ਜਿਹੜੀ ਕੁਦਰਤ ਦੀ ਨਿਆਮਤ ਸੀ ਹਵਾ ਪਾਣੀ ਧਰਤੀ ਇਹ ਵੀ ਖਰਾਬ ਕਰਕੇ ਰੱਖਤੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ
ਔਰ ਬਾਬੇ ਨਾਨਕ ਨੇ ਕਿਹਾ ਇਹ ਇਹ ਚੀਜ਼ਾਂ ਜਿਹੜੀਆਂ ਨਿਆਮਤਾਂ ਨੇ, ਸਿਹਤ, ਸਿੱਖਿਆ, ਰੁਜ਼ਗਾਰ, ਹਵਾ, ਪਾਣੀ, ਧਰਤੀ, ਬਿਜਲੀ, ਸੜਕ, ਪਾਣੀ, ਇਹ ਨਿਆਮਤਾਂ ਹਕੂਮਤ ਨੇ ਦੇਣੀਆਂ, ਹਾਕਮ ਨੇ ਦੇਣੀਆਂ। ਔਰ ਬਾਬੇ ਨਾਨਕ ਨੇ ਕਿਹਾ ਕਿ ਜਿਹੜਾ ਹਾਕਮ ਸਾਡੇ 'ਤੇ ਰਾਜ ਕਰਦਾ ਇਹ ਸ਼ੇਰ ਬਘਿਆੜ ਤੇ ਕੁੱਤਾ ਆ, ਰਾਜੇ ਸਿੰਘ ਮੁਕੱਦਮ ਕੁੱਤੇ, ਗੁਰਬਾਣੀ 'ਚ ਲਿਖਿਆ। ਔਰ ਬਾਬੇ ਨਾਨਕ ਨੇ ਸੁਪਨਾ ਲਿਆ ਕਿ ਸਾਡੇ 'ਤੇ ਕੋਈ ਚੱਜ ਦਾ ਹਾਕਮ ਰਾਜ ਕਰੇ, ਤਖਤੇ ਰਾਜਾ ਸੋ ਬਹੇ ਜੋ ਤਖਤੇ ਲਾਇਕ ਹੋਵੇ। ਔਰ ਦਸ਼ਮੇਸ਼ ਪਿਤਾ ਨੇ ਇਹ ਜੰਗ ਲੜੀ, ਇਸ ਤਖਤ ਨੂੰ ਮੀਰੀ ਪੀਰੀ ਛੇਵੀਂ ਪਾਤਸ਼ਾਹੀ ਨੇ ਸ਼ੁਰੂ ਕੀਤੀ, ਔਰ ਮੀਰੀ ਦੀ ਜੰਗ ਦਸ਼ਮੇਸ਼ ਪਿਤਾ ਨੇ ਪੀਰੀ ਦੇ ਨਾਲ ਲੜੀ, ਇਨ ਗਰੀਬ ਸਿੱਖਣ ਕੋ ਦਹਿ ਪਾਤਸ਼ਾਹੀ। ਅੱਜ ਪੰਜਾਬ ਦੀ ਧਰਤੀ 'ਤੇ ਇਹ ਗੁਰੂਆਂ ਦੇ ਸੁਪਨੇ ਅਧੂਰੇ ਪਏ ਆ। ਅਸੀਂ ਕੋਈ ਨਿੱਜੀ ਸੁਪਨਾ ਬਣਾਈਏ, ਮੈਨੂੰ ਇੱਦਾਂ ਲੱਗਦਾ ਇੱਕ ਬਹੁਤ ਵੱਡਾ ਇੱਕ ਪਾਪ ਹੋਏਗਾ। ਅਸੀਂ ਪੰਜਾਬ ਦੀ ਧਰਤੀ 'ਤੇ ਗੁਰੂਆਂ ਦੇ ਹੀ ਸੁਪਨੇ ਪੂਰੇ ਕਰਨੇ ਚਾਹੁੰਦੇ ਹਾਂ, ਜਿਹੜੇ ਸਰਬ ਸਾਂਝੀ ਵਾਲਤਾ ਲਈ ਸੀਗੇ, ਬਿਨਾਂ ਕਿਸੇ ਜਾਤੀ ਤੋਂ, ਬਿਨਾਂ ਕਿਸੇ ਧਰਮ ਬਿਤਕਰੇ ਤੋਂ, ਹਰ ਬਿਤਕਰਿਆਂ 'ਤੇ ਉੱਪਰ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਹਰਾ ਜੀਓ, ਸਾਰਿਆਂ ਲਈ ਸੀਗੇ, ਅਸੀਂ ਉਹ ਸਾਰਿਆਂ ਲਈ ਪੂਰੇ ਕਰਨੇ ਚਾਹੁੰਦੇ ਹਾਂ। ਜੀ ਜੀ ਗੜੀ ਸਾਹਿਬ, ਮਾਫ਼ੀ ਚਾਹੁੰਦਾ, ਮੇਰੇ ਕੋਲ ਲਿਖਿਆ ਹੋਇਆ ਸੀ ਪੂਰਾ, ਪਰ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆ, ਮੈਂ ਨਹੀਂ ਚਾਹੁੰਦਾ ਸੀ ਕਿ ਕੋਈ ਵਰਡ ਮੇਰੇ ਤੋਂ ਗਲਤ ਨਿਕਲੇ ਅਤੇ ਮੈਂ ਕਿਸੇ ਦੀ ਭਾਵਨਾ ਉਹਨੂੰ ਠੇਸ ਪਹੁੰਚਾਵਾਂ। ਅਤੇ ਬਹੁਤ ਸੋਹਣਾ ਤੁਸੀਂ ਇਲੈਬਰੇਟ ਕੀਤਾ, ਬਹੁਤ ਵਧੀਆ ਕੀਤਾ। ਗੜੀ ਸਾਹਿਬ, ਮੈਂ ਸਿੰਪਲ ਸਿੱਧਾ ਕੁਐਸਚਨ ਤੁਹਾਨੂੰ ਇਹ ਪੁੱਛੂੰਗਾ ਕਿ ਤੁਸੀਂ ਭਾਈਵਾਲਤਾ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ, ਬਹੁਤ ਪੁਰਾਣੀ ਪਾਰਟੀ ਹੈ, ਬੜੇ ਲੋਕਾਂ ਦੀ ਪੰਥਕ ਪਾਰਟੀ ਦੇ ਨਾਮ ਨਾਲ ਜਾਣੀ ਜਾਂਦੀ ਹੈ, ਪਰ ਜਿਹੜੀ ਲੇਟਲੀ 2015 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣਾ, ਉਸ ਤੋਂ ਬਾਅਦ ਇੱਕ ਜਿਹੜੀ ਆ ਕਿਸਾਨ ਅੰਦੋਲਨ ਦੇ ਪ੍ਰੋ ਹੋਣਾ ਉਹਨਾਂ ਦੇ ਵੱਡੇ ਲੀਡਰਾਂ ਵੱਲੋਂ ਜਾਂ ਪਾਰਟੀ ਵੱਲੋਂ, ਉਸ ਤੋਂ ਬਾਅਦ ਯੂ ਟਰਨ ਲਿਆ ਜਾਣਾ ਸ਼੍ਰੋਮਣੀ ਅਕਾਲੀ ਦਲ ਵੱਲੋਂ, ਫਿਰ ਤੁਹਾਡਾ ਸਮਝੌਤਾ ਹੋਣਾ, ਹੁਣ ਜਿਹੜੀ ਤੁਹਾਡੀ ਪਾਰਟੀ ਹੈ ਬਾਬਾ ਸਾਹਿਬ ਭੀਮ ਰਾਵ ਅੰਬੇਡਕਰ ਜੀ ਦੇ ਨਿਯਮਾਂ 'ਤੇ ਚੱਲਣ ਵਾਲੀ, ਬਾਬੂ ਕਾਂਸ਼ੀ ਰਾਮ ਜੀ ਦੇ ਨਿਯਮਾਂ 'ਤੇ ਚੱਲਣ ਵਾਲੀ, ਤੁਸੀਂ ਜਿਹੜਾ ਇਹ ਰਲਗੱਡ ਕੀਤਾ ਆ, ਅਸੀਂ ਸ਼ੁਭਕਾਮਨਾਵਾਂ ਦਿੰਦੇ ਹਾਂ, ਪਰ ਗੱਲ ਤੁਸੀਂ ਕਿੱਥੇ ਤੱਕ ਲਿਜਾ ਸਕਦੇ ਕਿ ਤੁਸੀਂ ਉਹਨਾਂ ਦੇ ਵਿੱਚ ਇੰਨੀਆਂ ਜਿਹੜੀਆਂ ਲੋਕ ਤੋਮਤਾਂ ਲਾ ਰਹੇ ਨੇ, ਹਕੀਕਤ ਜਿਹੜਾ ਜ਼ਮੀਨੀ ਤੌਰ ਦੇ ਉੱਤੇ ਲੋਕਾਂ ਨੇ ਦੇਖਿਆ ਕਿ ਵੱਡੇ ਬਾਦਲ ਸਾਹਿਬ ਵੀ ਪ੍ਰੋ ਕਾਨੂੰਨਾਂ ਦੇ ਪ੍ਰੋ ਸੀਗੇ, ਉਹਨਾਂ ਨੇ ਆਪਦੀ ਕਈ ਜਗ੍ਹਾ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤਾ, ਪਰ ਹੁਣ ਉਹਨਾਂ ਨੇ ਯੂ ਟਰਨ ਲੈ ਕੇ ਆ ਗਏ, ਤੁਹਾਡਾ ਸਮਝੌਤਾ ਕਰਤਾ ਕਰ ਲਿਆ, ਤੁਸੀਂ ਆਪਦੇ ਆਪ ਨੂੰ ਕਿੱਥੇ ਖੜਾ ਦੇਖਦੇ ਹੋ? ਤੁਸੀਂ ਤੁਹਾਨੂੰ ਲੱਗਦਾ ਕਿ ਤੁਸੀਂ ਇਸ ਰਲਗੱਢ ਦੇ ਵਿੱਚ ਸਰਕਾਰ ਬਣਾ ਸਕੋਗੇ? ਦੇਖੋ, ਇਹਦੇ 'ਚ ਬਹੁਜਨ ਸਮਾਜ ਪਾਰਟੀ ਦੀ ਕਿਸਾਨ ਮੁੱਦਿਆਂ ਦੇ ਉੱਤੇ ਸਪਸ਼ਟ ਨੀਤੀ ਆ। ਬਹੁਜਨ ਸਮਾਜ ਪਾਰਟੀ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਦੇਸ਼ ਦੀ ਤੀਜੇ ਨੰਬਰ ਦੀ ਸਭ ਤੋਂ ਵੱਡੀ ਨੈਸ਼ਨਲ ਪਾਰਟੀ ਆ, ਆਫਟਰ ਦੀ ਕਾਂਗਰਸ ਐਂਡ ਬੀਜੇਪੀ। ਔਰ ਜਿਹੜੀ ਬਹੁਜਨ ਸਮਾਜ ਪਾਰਟੀ ਆ, ਇਹ ਇੱਕ ਪੰਜਾਬੀ ਨੇ ਫਰੇਮ ਅਪ ਕੀਤੀ ਆ, ਮਾਨਯਵਰ ਸਾਹਿਬ ਕਾਸ਼ੀ ਰਾਮ ਜੀ ਨੇ, ਜਿਨ੍ਹਾਂ ਦਾ ਪਿੰਡ ਖਾਲਸੇ ਦੀ ਜੰਮਣ ਭੋਏ ਅਨੰਦਪੁਰ ਸਾਹਿਬ ਦੇ ਪੈਰਾਂ ਵਿੱਚ, ਜਿੱਥੇ ਦਸ਼ਮੇਸ਼ ਪਿਤਾ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ, ਉਹਨਾਂ ਦੇ ਪੈਰਾਂ 'ਚ ਪਿੰਡ ਪੈਂਦਾ ਖੁਆਸਪੁਰਾ। ਔਰ ਸਾਹਿਬ, ਇੱਕ ਪੰਜਾਬੀ ਨੇ ਐਡੀ ਬੜੀ ਨੈਸ਼ਨਲ ਪਾਰਟੀ ਬਣਾਈ ਤਾਂ, ਔਰ ਜਿਹਦੀ ਅਗਵਾਈ ਅੱਜ ਭੈਣ ਕੁਮਾਰੀ ਮਾਇਆਵਤੀ ਜੀ, ਜਿਹਨਾਂ ਨੂੰ ਬਾਬੇ ਨਾਨਕ ਨੇ ਦਰਜਾ ਦੇਣ ਦੀ ਇੱਕ ਬਹੁਤ ਵੱਡਾ ਜਿਹੜਾ ਉਦੇਸ਼ ਦਿੱਤਾ ਸੀ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਜਾਨ। ਔਰ ਸਾਹਿਬ ਕਾਸ਼ੀ ਰਾਮ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਭਾਵਨਾਵਾਂ ਔਰ ਭਾਰਤ ਦੀਆਂ ਸੰਵਿਧਾਨ ਦੀਆਂ ਭਾਵਨਾਵਾਂ ਦੇ ਰੂਪ ਇੱਕ ਔਰਤ ਵਰਗ ਨੂੰ ਜਿਹੜਾ ਹੈਗਾ ਨੈਸ਼ਨਲ ਪਾਰਟੀ ਦਾ ਪ੍ਰੈਜੀਡੈਂਟ ਲਗਾਉਣਾ। ਔਰ ਨੈਸ਼ਨਲ ਪਾਰਟੀ ਉਹ ਲੋਕ ਚਲਾ ਰਹੇ ਆ ਜਿਨ੍ਹਾਂ ਦੇ ਕੋਲ ਟੁੱਟਿਆ ਜੰਗਾਲਿਆ ਆ, ਸਾਈਕਲ, ਸਕੂਟਰ, ਮੋਟਰਸਾਈਕਲ, ਔਰ ਜਿਹੜਾ ਬਿਲਕੁਲ ਗਰੀਬ ਮਜ਼ਦੂਰ, ਨਾ ਪੱਠਾ, ਨਾ ਸ਼ੈਲਰ, ਨਾ ਪੈਟਰੋਲ ਪੰਪ, ਨਾ ਫੈਕਟਰੀ। ਲੇਕਿਨ ਜਦੋਂ ਕਿਸਾਨ ਦਾ ਮੁੱਦਾ ਆਇਆ, ਜਦੋਂ ਕਿਸਾਨ ਵਿਰੋਧੀ ਬਿੱਲ ਆਏ, ਤਾਂ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਨੇਤਾ ਭੈਣ ਕੁਮਾਰੀ ਮਾਇਆਵਤੀ ਜੀ ਨੇ, ਸਾਡੇ ਕੋਲ ਉਸ ਦਿਨ 14 ਮੈਂਬਰ ਪਾਰਲੀਮੈਂਟ ਸੀ, 10 ਲੋਕ ਸਭਾ ਦੇ ਵਿੱਚ, 4 ਰਾਜ ਸਭਾ ਦੇ ਵਿੱਚ, 14 ਦੇ 14 ਮੈਂਬਰ ਪਾਰਲੀਮੈਂਟਾਂ ਨੇ ਲੋਕ ਸਭਾ ਔਰ ਰਾਜ ਸਭਾ ਦੇ ਵਿੱਚ ਡਟ ਕੇ ਕਿਸਾਨ ਵਿਰੋਧੀ ਕਾਲੇ ਤਿੰਨਾਂ ਹੀ ਕਾਨੂੰਨਾਂ ਦਾ ਵਿਰੋਧ ਕੀਤਾ, ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਔਰ ਭੈਣ ਕੁਮਾਰੀ ਮਾਇਆਵਤੀ ਜੀ ਲਗਾਤਾਰ ਕਿਸਾਨਾਂ ਦੇ ਹੱਕ ਵਿੱਚ ਬਿਆਨ ਦਿੰਦੇ ਰਹਿੰਦੇ ਆ। ਜਦੋਂ ਅਸੀਂ ਪੰਜਾਬ ਯੂਨਿਟ ਦੀ ਗੱਲ ਕਰਦੇ ਹਾਂ, ਅਸੀਂ ਕਿਉਂਕਿ ਪੰਜਾਬ ਦਾ ਭਖਦਾ ਹੋਇਆ ਮੁੱਦਾ ਸੀ, ਅਸੀਂ ਇਸ ਮੁੱਦੇ ਦੇ ਉੱਤੇ 11 ਵੱਡੀਆਂ ਰੈਲੀਆਂ ਪੰਜਾਬ ਦੇ ਵਿੱਚ 14 ਸਤੰਬਰ ਤੋਂ ਲੈ ਕੇ 3 ਨਵੰਬਰ ਤੱਕ, ਅਸੀਂ 14 ਸਤੰਬਰ ਤੋਂ ਲੈ ਕੇ 3 ਨਵੰਬਰ ਤੱਕ ਅਸੀਂ ਵੱਡੀਆਂ ਰੈਲੀਆਂ ਕੀਤੀਆਂ। ਰਾਹੁਲ ਗਾਂਧੀ ਸੰਗਰੂਰ ਇਸੇ ਮੁੱਦੇ ਤੇ ਘੇਰਿਆ, ਅਸੀਂ ਨਾਰਾ ਦਿੱਤਾ ਕਿਸਾਨੋਂ ਕੇ ਸਨਮਾਨ ਮੇਂ BSP ਮੈਦਾਨ ਮੇਂ। ਔਰ 31 ਜਨਵਰੀ ਦੀ ਰਾਤ, 1 ਜਨਵਰੀ ਦਾ ਦਿਨ, ਨਵਾਂ ਸਾਲ ਕਿਸਾਨਾਂ ਨਾਲ, ਅਸੀਂ ਉੱਥੇ ਸਿੰਘੂ ਬਾਰਡਰ ਤੇ ਰਾਤ ਕੱਟੀ ਔਰ ਕਿਸਾਨਾਂ ਦੇ ਨਾਲ ਨੀਲੇ ਝੰਡਿਆਂ ਦੇ ਨਾਲ। ਖੁਸ਼ੀ ਇਸ ਗੱਲ ਦੀ ਆ, ਇੱਕੋ ਹੀ ਇੱਕ ਪਾਰਟੀ ਆ, ਨੈਸ਼ਨਲ ਪਾਰਟੀ ਆ, ਜਿਹੜੇ ਆਪਣੀ ਪਾਰਟੀ ਦੇ ਫਲੈਗਸ ਦੇ ਨਾਲ ਕਿਸਾਨ ਮੋਰਚਾ 'ਚ ਸ਼ਾਮਿਲ ਹੋ ਰਹੇ ਔਰ ਕਿਸਾਨਾਂ ਨੇ ਉਹਨਾਂ ਦਾ ਵੈਲਕਮ ਕੀਤਾ। ਔਰ ਦਸ਼ਮੇਸ਼ ਪਿਤਾ ਦੇ ਪ੍ਰਣਾਏ ਸਿੱਖ ਭਾਈਚਾਰੇ ਦੇ ਲੋਕ, ਇਨ ਗਰੀਬ ਸਿੱਖਣ ਕੋ ਦੂ ਪਾਤਸ਼ਾਹੀ, ਉਹਨਾਂ ਨੇ ਕਿਸਾਨ ਮਜ਼ਦੂਰ, ਔਰ ਉਸ ਤੋਂ ਬਾਅਦ ਕਿਸਾਨ ਮਜ਼ਦੂਰ ਏਕਤਾ ਦੀ ਇੱਕ ਬਹੁਤ ਵੱਡੀ ਗੱਲ ਜਿਹੜੀ ਆ ਪੰਜਾਬ ਦੇ ਵਿੱਚ ਸਾਡੇ ਜਾਣ ਤੋਂ ਬਾਅਦ ਚੱਲੀ,
ਜੀ 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 ਅਸੀਂ ਦੱਸਣਾ ਚਾਹੁੰਦੇ ਹਾਂ ਕਿ ਬਹੁਜਨ ਸਮਾਜ ਪਾਰਟੀ ਕਿਸਾਨਾਂ ਦੇ ਹੱਕ ਵਿੱਚ ਖੜੀ ਆ। ਭੈਣ ਕੁਮਾਰੀ ਮਾਇਆਵਤੀ ਜੀ ਰਾਸ਼ਟਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ, ਇੱਥੋਂ ਤੱਕ ਕਿ ਮਾਨਯੋਗ ਸ਼੍ਰੀ ਰਕੇਸ਼ ਟਿਕੈਤ ਜੀ ਜਿਹੜੇ ਕਿ ਦੇਸ਼ ਦੇ ਸਭ ਤੋਂ ਵੱਡੇ ਕਿਸਾਨ ਨੇਤਾ ਆ, ਜੀ ਜੀ ਉਹਨਾਂ ਜੀ ਦਾ ਵੀ ਬਿਆਨ ਆਇਆ ਕਿ ਭੈਣ ਮਾਇਆਵਤੀ ਵਰਗੀ ਸਰਕਾਰ ਆਉਣੀ ਚਾਹੀਦੀ ਆ, ਉਹਨਾਂ ਦਾ ਵੀ ਬਿਆਨ ਆਇਆ। ਔਰ ਜਿਹੜਾ ਜਿਹੜਾ ਯੂ ਟਰਨ ਦੀ ਗੱਲ ਸ਼੍ਰੋਮਣੀ ਅਕਾਲੀ ਦਲ ਜਾਂ ਹੋਰ ਤੁਸੀਂ ਮੁੱਦਿਆਂ ਤੇ ਕਰਦੇ ਆ, ਹਰ ਪਾਰਟੀ ਦਾ ਆਪਣਾ ਆਪਣਾ ਜਿਹੜਾ ਆਪਣਾ ਆਪਣਾ ਕੰਮ ਕਰਨ ਦਾ ਤਰੀਕਾ ਆ, ਉਹਨਾਂ ਦੇ ਆਪਣੇ ਕੰਮ ਕਰਨ ਦੇ ਮੌਕੇ ਆ। ਜਦੋਂ ਉਹਨਾਂ ਨੇ ਯੂ ਟਰਨ ਲਿਆ ਉਦੋਂ ਸਾਡੇ ਨਾਲ ਕੋਈ ਭਾਈਵਾਲਤਾ ਨਹੀਂ ਸੀ, ਉਦੋਂ ਉਹ ਆਪਣਾ ਫੈਸਲਾ ਲੈਣ ਲਈ ਆਜ਼ਾਦ ਸੀ, ਲੇਕਿਨ ਦੇਰ ਆਏ ਦਰੁਸਤ ਆਏ। ਅੱਜ ਸਵਾਲ ਇਹ ਖੜਾ ਹੁੰਦਾ, ਕਿਆ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਅਸਤੀਫਾ ਦੇ ਕੇ ਠੀਕ ਕੀਤਾ ਕਿ ਗਲਤ ਕੀਤਾ? ਅੱਜ ਸਵਾਲ ਇਹ ਆ, ਕਿਆ ਕਿਸਾਨ ਕਿਆ ਸ਼੍ਰੋਮਣੀ ਅਕਾਲੀ ਦਲ ਨੇ ਯੂ ਟਰਨ ਲੈ ਕੇ ਕਿਸਾਨਾਂ ਦੇ ਹੱਕ ਵਿੱਚ ਕੀਤਾ ਕਿ ਵਿਰੋਧ ਵਿੱਚ ਕੀਤਾ? ਅੱਜ ਸਵਾਲ ਇਹ ਆ, ਅੱਜ ਸਵਾਲ ਇਹ ਆ ਕਿ ਅੱਜ ਪੰਜਾਬ ਦੇ ਕਿਸਾਨ ਭਾਈਚਾਰੇ ਕੋਲ ਸ਼੍ਰੋਮਣੀ ਅਕਾਲੀ ਦਲ ਤੋਂ ਵੱਡੀ ਉਹਨਾਂ ਦੀ ਹਮਾਇਤੀ ਕਿਹੜੀ ਪਾਰਟੀ ਆ? ਜੀ ਜੀ ਗੜੀ ਸਾਹਿਬ, ਗੜੀ ਸਾਹਿਬ ਇੱਕ ਇੱਥੇ ਇੱਕ ਇੱਕ ਕੁਐਸਚਨ ਖੜਾ ਹੋ ਜਾਂਦਾ। ਐਕਚੁਅਲੀ ਦੋ ਆਪਾਂ ਯੂਪੀ 'ਤੇ ਵੀ ਆਉਂਦੇ, ਭੈਣ ਜਿਹੜੀ ਕੁਮਾਰੀ ਮਾਇਆਵਤੀ ਜੀ ਨੇ ਬੜਾ ਸੋਹਣਾ ਉਹਨਾਂ ਨੇ ਰਾਜ ਵੀ ਕੀਤਾ ਆਪਦੇ ਟਾਈਮ ਦੇ ਵਿੱਚ, ਆਪਾਂ ਉੱਥੇ ਪਹਿਲਾਂ ਆਉਂਦੇ ਹਾਂ। ਆਪਾਂ ਗੱਲ ਕਰਦੇ ਹਾਂ ਜਿੱਦਾਂ ਤੁਸੀਂ ਗੁਰਬਾਣੀ ਦੀਆਂ ਤੁੱਕਾਂ ਦੇ ਰਹੇ ਹੋ ਬਹੁਤ ਹੀ ਵਧੀਆ ਤਰੀਕੇ ਨਾਲ, ਪਰ ਆਪਣੇ ਪਹਿਲੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ 'ਤੇ ਸਭ ਜੁਗ ਉਪਜਿਆ ਕੌਣ ਭਲੇ ਕੋ ਬੰਦੇ। ਉੱਥੇ ਹੀ ਜਿਹੜੇ 10ਵੇਂ ਗੁਰੂ ਸਾਹਿਬ ਨੇ ਮਾਨਸ ਕੀ ਜਾਤ ਸਭ ਏਕ ਕੇ ਪਹਿਚਾਨ ਬੋ, ਆਪਾਂ 10 ਗੁਰੂਆਂ ਨੇ ਆਪਣੇ ਨੂੰ ਪ੍ਰੈਕਟੀਕਲ ਜ਼ਿੰਦਗੀ ਜੀਣ ਦਾ ਇੱਕ ਤਰੀਕਾ ਦੱਸਿਆ, ਇੱਕ ਜ਼ਰੀਆ ਦੱਸਿਆ। ਉਸ ਤੋਂ ਬਾਅਦ ਉਸ ਪਵਿੱਤਰ ਧਰਤੀ ਜਿੱਥੇ ਗੁਰੂਆਂ ਪੀਰਾਂ ਨੇ 250 ਪੌਣੇ 300 ਸਾਲ ਆਹ ਚੀਜ਼ਾਂ ਦੀ ਆਪਾਂ ਨੂੰ ਦਿੱਤੀ, ਉਸੇ ਧਰਤੀ ਦੇ ਉੱਤੇ ਜਦੋਂ ਵੀ ਇੰਡੀਆ ਜਾਈਦਾ ਆ, ਤੁਸੀਂ ਉਹਨੂੰ ਐਕਸਪਲੇਨ ਕਰਿਓ ਕੀ ਲੋੜ ਸੀ ਕਿ ਇੰਨਾ ਪਾਟਕ ਪੈ ਗਿਆ ਕਿ ਸ਼ਮਸ਼ਾਨ ਘਾਟ ਜੀ ਦਲਿਤਾਂ ਦਾ ਅੱਡਾ, ਉਹ ਦੂਜਿਆਂ ਦਾ ਅੱਡਾ, ਉਹ ਬੰਦਾ ਚਲੇ ਹੀ ਗਿਆ ਦੁਨੀਆ ਤੋਂ ਵਿੱਚ, ਉੱਥੇ ਕੀ ਗੁਰੂ ਘਰ ਅੱਡ ਅੱਡ ਬਣਾ ਲਏ? ਉਹ ਜਿੰਨਾ ਤੁਸੀਂ ਗੁਰੂ ਘਰ ਗੜੀ ਸਾਹਿਬ ਤੁਸੀਂ ਆਲੇ ਦੁਆਲੇ ਦੇਖਿਆ, ਉਹਨਾਂ ਇੰਨਾ ਪੈਸਾ ਆਪਾਂ ਉਸ ਪਿੰਡ ਦੇ ਬੱਚਿਆਂ ਲਈ ਬਿਮਾਰੀ ਠਮਾਰੀ ਲਈ ਹਸਪਤਾਲ, ਬੱਚਿਆਂ ਲਈ ਐਜੂਕੇਸ਼ਨ ਜਾਂ ਕੋਈ ਰਲ ਕੇ ਫੈਕਟਰੀਆਂ ਦਾ ਕੰਮ ਕਰੀ ਤਾਂ ਕਿ ਉਹ ਬਣ ਜਾਂਦੇ, ਤਾਂ ਆਪਾਂ ਇੱਕ ਸੱਚਾ ਸੁੱਚਾ ਵਧੀਆ ਗੋਲਡਨ ਪੰਜਾਬ ਸਿਰਜ ਨਹੀਂ ਸਕਦੇ ਸੀ? ਗੁਰੂ ਸਾਹਿਬ ਨੇ ਤਾਂ ਆਪਾਂ ਨੂੰ ਆਹ ਸਿਖਾਇਆ, ਇੰਨਾ ਪਾਟਕ ਪਿਆ ਕਿਉਂ ਗੜੀ ਸਾਹਿਬ? ਮੈਂ ਜੈਸਾ ਨੂੰ ਗੁਰਬਾਣੀ ਦੀਆਂ ਤੁੱਕਾਂ ਕਰ ਰਿਹਾ, ਮੈਂ ਸਿਰਫ ਜਾਣਨਾ ਚਾਹੁੰਦਾ ਤੁਹਾਨੂੰ, ਉਦੋਂ ਬਾਅਦ ਆਪਾਂ ਰਾਜਨੀਤੀ 'ਤੇ ਆਉਂਦੇ। ਦੇਖੋ ਇਹ ਜਿਹੜਾ ਵਰਤਾਰਾ ਆ ਇਹ 185 BC ਅੱਜ ਤੋਂ 2200 ਸਾਲ ਪਹਿਲਾਂ ਮਨੂ ਦੀ ਮਨੂ ਸਮ੍ਰਿਤੀ ਨਾਲ ਸ਼ੁਰੂ ਹੋਇਆ, ਸ਼ੁੰਗ ਕਾਲ ਤੋਂ ਸ਼ੁਰੂ ਹੋਇਆ, ਰਾਜਾ ਬਿਹਦਰਥ ਤੋਂ ਪੁਸ਼ਪ ਸਿੰਘ ਮੌਰੀਆ ਦੇ ਰਾਜ ਤੋਂ ਸ਼ੁਰੂ ਹੋਇਆ, ਜਦੋਂ ਮੌਰੀਆ ਕਾਲ ਦੇ ਆਖਰੀ ਰਾਜਾ ਰਾਜਾ ਬਿਹਦਰਥ ਦਾ ਅਸ਼ੋਕ ਦੇ ਪੜਪੋਤੇ ਦਾ ਗ੍ਰੇਟ ਅਸ਼ੋਕ ਦੇ ਪੜਪੋਤੇ ਦਾ ਕਤਲ, ਜੋ ਉਦੋਂ ਆਪਾਂ ਹਿਸਟਰੀ ਪੜ੍ਹਦੇ ਉਹਦੇ ਕਤਲ ਤੋਂ ਬਾਅਦ। ਔਰ ਭਾਰਤ ਦੇਸ਼ ਦਾ ਜਿਹੜਾ 4 ਵਰਣ ਵਿਵਸਥਾ ਸੀ, ਇਸ ਵਰਣ ਵਿਵਸਥਾ ਨੂੰ 6000 ਤੋਂ ਜ਼ਿਆਦਾ ਜਾਤੀਆਂ 'ਚ ਵੰਡਿਆ ਗਿਆ, ਔਰ ਹਰ ਜਾਤੀ ਦੇ ਵਿੱਚ ਊਚ ਨੀਚ ਭਰੀ ਗਈ, ਹਰ ਜਾਤੀ ਨੂੰ ਸਿਖਾਇਆ ਗਿਆ ਤੂੰ ਕਿਹਦੇ ਤੋਂ ਉੱਚਾ ਆ ਕਿਹਦੇ ਤੋਂ ਨੀਵਾਂ ਆ। ਇਸ ਜਾਤੀ ਵਿਵਸਥਾ ਨੂੰ ਖਤਮ ਕਰਨ ਦੇ ਲਈ ਵੱਖ ਵੱਖ ਸਮਿਆਂ 'ਤੇ ਵੱਖ ਵੱਖ ਇਲਾਕਿਆਂ 'ਚ ਮਹਾਂਪੁਰਸ਼ ਆਏ, ਚਾਹੇ ਸਤਿਗੁਰੂ ਕਬੀਰ ਹੈ, ਚਾਹੇ ਸਤਿਗੁਰੂ ਧੰਨਾ ਜੀ ਆ, ਚਾਹੇ ਸਤਿਗੁਰੂ ਨਾਮਦੇਵ ਜੀ ਆ, ਚਾਹੇ ਸਤਿਗੁਰੂ ਰਵਿਦਾਸ ਜੀ ਆ, ਚਾਹੇ ਸਤਿਗੁਰੂ ਸੈਣ ਜੀ ਆ, ਸਧਨਾ ਜੀ ਆ, ਤਰਲੋਚਨ ਜੀ ਆ, ਔਰ 10 ਗੁਰੂ ਸਾਹਿਬਾਨ ਆਏ। ਇਹਨਾਂ ਇਹ ਜਿਹੜਾ ਅੰਦੋਲਨ ਚੱਲਿਆ 12ਵੀਂ ਸਦੀ ਤੋਂ ਲੈ ਕੇ 1700 ਈਸਵੀ ਤੱਕ ਦਸ਼ਮੇਸ਼ ਪਿਤਾ ਦੇ ਨੰਦੇੜ ਸਾਹਿਬ ਦੀ ਯਾਤਰਾ ਤੱਕ, ਇਹ ਅੰਦੋਲਨ ਮਾਨਸ ਕੀ ਜਾਤੀ ਸਭ ਏਕੇ ਪਹਿਚਾਣ ਬੋ, ਕਦੀ ਇਹ ਗੁਰੂ ਸਾਹਿਬਾਨ ਇੱਕ ਲੰਗਰ ਲਾਉਂਦੇ ਆ, ਇੱਕ ਪੰਗਤ ਲਾਉਂਦੇ ਕਿ ਮਾਨਸ ਕੀ ਜਾਤੀ ਸਭ ਏਕੇ ਪਹਿਚਾਣ ਬੋ, ਕਦੀ ਇਹ ਸਾਰੀਆਂ ਜਾਤਾਂ ਨੂੰ ਇੱਕ ਸਰੋਵਰ ਇੱਕ ਤਲਾਬ ਵਿੱਚ ਇਕੱਠੇ ਨਹਾਉਣ ਦਾ ਸੰਕਲਪ ਦਿੰਦੇ ਆ ਕਿ ਨਹਾਓ ਵੀ ਇਕੱਠੇ, ਸਰੋਵਰਾਂ ਦਾ ਨਿਰਮਾਣ ਗੁਰੂ ਸਾਹਿਬਾਨਾਂ ਵੱਲੋਂ ਕੀਤਾ ਗਿਆ। ਜੀ ਜੀ ਜੀ। ਕਦੀ ਕਦੀ ਗੁਰੂ ਸਾਹਿਬਾਨਾਂ ਵੱਲੋਂ ਇੱਕ ਧਰਮ ਸਥਾਨ ਬਣਾ ਕੇ 4 ਦਰਵਾਜ਼ੇ ਰੱਖੇ ਗਏ ਕਿ ਕਿਸੇ ਤਰ੍ਹਾਂ ਜਾਤੀ ਭੇਦ ਖਤਮ ਹੋਵੇ। ਕਦੀ ਕਦੀ ਗੁਰੂ ਸਾਹਿਬਾਨਾਂ ਵੱਲੋਂ ਕਦੀ ਗੁਰੂ ਸਾਹਿਬਾਨਾਂ ਵੱਲੋਂ ਇੱਕ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਜਿਹਦੇ 'ਚ ਸਾਰੀਆਂ ਜਾਤਾਂ ਸਾਰੇ ਧਰਮਾਂ ਦੇ ਮਹਾਂਪੁਰਸ਼ਾਂ ਨੂੰ ਸ਼ਾਮਲ ਕੀਤਾ ਗਿਆ। ਕਦੇ ਗੁਰੂ ਸਾਹਿਬਾਨਾਂ ਵੱਲੋਂ ਇੱਕ ਬਾਟਾ ਲਿਆਂਦਾ ਗਿਆ ਕਿ ਛਕੋ ਵੀ ਇਕੱਠੇ, ਇੱਕੋ ਹੀ ਬਾਟੇ ਦੇ ਵਿੱਚੋਂ ਜਿਹੜਾ ਅੰਮ੍ਰਿਤ ਪਾਨ ਕਰਾਇਆ ਗਿਆ। ਇਹਦਾ ਕਾਰਨ ਕਿਆ ਸੀ, ਇਹਦਾ ਲਕਸ਼ ਕਿਆ, ਔਰ ਸ਼ਕਲ ਵੀ ਇੱਕੋ ਜਿਹੀ ਦਿੱਤੀ, ਇੱਕੋ ਜਿਹੀਆਂ ਮੁੱਛਾਂ, ਇੱਕੋ ਜਿਹੀ ਦਾੜੀ, ਇੱਕੋ ਜਿਹੀ ਪੱਗ, ਇੱਕੋ ਜਿਹਾ ਪਹਿਰਾਵਾ, ਬਟ ਇਸ ਕਿ ਦੇਸ਼ ਦੇ ਵਿੱਚੋਂ ਜਾਤੀ ਭੇਦ ਖਤਮ ਹੋਣਾ ਚਾਹੀਦਾ, ਮਾਨਸ ਕੀ ਜਾਤੀ ਥੱਪੇ ਏਕੋ ਪਹਿਚਾਣੋ, ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਲੇਕਿਨ ਮਨੂ ਦੀ ਵਿਵਸਥਾ ਜਿਹੜੀ ਦਿਮਾਗ ਵਿੱਚ ਬੜੀ ਹੋਈ ਸੀ, ਔਰ ਇਸੇ ਕੜੀ ਨੂੰ ਪੂਰਾ ਕਰਨ ਲਈ ਮਹਾਤਮਾ ਜੋਤੀਰਾਓ ਫੂਲੇ ਜੀ ਮਹਾਰਾਸ਼ਟਰ 'ਚ ਆਉਂਦੇ ਆ, ਬਾਬਾ ਸਾਹਿਬ ਅੰਬੇਡਕਰ ਆਉਂਦੇ ਆ, ਛਤਰਪਤੀ ਸ਼ਾਹੂ ਮਹਾਰਾਜ, ਔਰ ਸੈਕੜੇ ਮਹਾਂਪੁਰਸ਼ ਜਿਨ੍ਹਾਂ ਨੂੰ ਇੱਕ ਲੜੀਬੱਧ ਮਾਨਯਵਰ ਸਾਹਿਬ ਕਾਸ਼ੀ ਰਾਮ ਜੀ ਨੇ ਕੀਤਾ ਕਿ ਆਓ ਲੋਕੋ ਬਹੁਜਨ ਸਮਾਜ ਬਣਾਈਏ, ਜਿਹਦੀ ਅਗਵਾਈ ਅੱਜ ਭੈਣ ਕੁਮਾਰੀ ਮਾਇਆਵਤੀ ਜੀ ਸਰਬਜਨ ਹਿਤਾਏ
ਸਰਬ ਜਨ ਸੁਖਾਏ ਸਰਬੱਤ ਦਾ ਭਲਾ ਹੋ ਸੰਕਲਪ ਦੇ ਆਧਾਰ ਤੇ ਚਲਾ ਰਹੇ ਆ। ਇਹ ਜਾਤਾਂ ਦੀ ਵਿਵਸਥਾ ਮਨੂ ਨੇ ਬਣਾਈ ਆ, ਗੁਰੂ ਦੇ ਗੁਰਦੁਆਰੇ ਹਾਂ ਨਿਕਲ ਨਹੀਂ ਰਹੀ। ਗੜੀ ਸਾਹਿਬ ਬਹੁਤ ਸੋਹਣਾ ਤੁਸੀਂ ਐਕਸਪਲੇਨ ਕੀਤਾ, ਬਹੁਤ ਵਧੀਆ। ਤੇ ਆਪਾਂ ਨੂੰ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ, ਇਦਾਂ ਹੀ ਬਣੇ ਦਰਸ਼ਕੋ। ਸਾਡੇ ਨਾਲ ਬਣੇ ਹੋਏ ਨੇ ਮਾਣਯੋਗ ਜਸਵੀਰ ਸਿੰਘ ਗੜੀ ਜੀ, ਜਿਹੜੇ ਕਿ ਸਟੇਟ ਪ੍ਰੈਜ਼ੀਡੈਂਟ ਨੇ ਬਹੁਜਨ ਸਮਾਜ ਪਾਰਟੀ ਪੰਜਾਬ ਤੇ। ਬਹੁਤ ਸੋਹਣਾ ਐਕਸਪਲੇਨੇਸ਼ਨ ਦੇ ਰਹੇ ਆਪਦੀ ਹਰਮੋਨੀਅਮ ਦੇ ਉੱਤੇ। ਆਪਾਂ ਰੁਕਣਾ ਪੈ ਰਿਹਾ ਇੱਕ ਜਿਹੀ ਬ੍ਰੇਕ ਲਈ, ਇਦਾਂ ਬਣੇ। ਜਸਪਨੀਤ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਆਪਣੇ ਨਾਲ ਬਣੇ ਹੋਏ ਨੇ ਮਾਣਯੋਗ ਜਸਵੀਰ ਸਿੰਘ ਗੜੀ। ਗੜੀ ਸਾਹਿਬ, ਆਪਾਂ ਪੰਜਾਬ ਆਉਣ ਤੋਂ ਪਹਿਲਾਂ ਯੂਪੀ ਚੱਲਦੇ ਹਾਂ ਸਿਰਫ ਥੋੜ੍ਹਾ ਟਾਈਮ ਲਈ। ਇਲੈਕਸ਼ਨਾਂ ਇੱਕੋ ਟਾਈਮ 'ਤੇ ਨੇ, ਕਿਸਾਨ ਅੰਦੋਲਨ ਭਖਿਆ ਹੋਇਆ ਆ, ਜੋ ਉੱਥੋਂ ਦੇ ਮੁੱਖ ਮੰਤਰੀ ਨੇ ਮਾਣਯੋਗ ਯੋਗੀ ਜੀ ਚਲੋ ਜੋ ਕੰਮ ਕੀਤਾ ਉਹਨਾਂ ਦੇ ਹਿਸਾਬ ਨਾਲ ਵੀ ਉੱਧਰ ਜਿਹੜੇ ਸਮਾਜਵਾਦੀ ਪਾਰਟੀ ਦੇ ਬੰਦੇ ਵੀ ਆਪਦਾ ਜ਼ੋਰ ਫੜ ਰਹੇ ਆ। ਇਹ ਤਿੰਨ ਪਾਰਟੀਆਂ ਦਾ ਹੀ ਜ਼ੋਰ ਹੈ ਉਸ ਸਟੇਟ 'ਚ, ਬਾਕੀ ਤਾਂ ਹਲੇ ਪਿੱਛੇ ਹੀ ਨੇ। ਤੁਸੀਂ ਇਸ ਟਾਈਮ ਆਪਦੀ ਯੂਪੀ ਸਟੇਟ ਨੂੰ ਬਹੁਜਨ ਸਮਾਜ ਪਾਰਟੀ ਕਿੱਥੇ ਖੜੀ ਦੇਖ ਰਹੀ ਹੈ ਇਲੈਕਸ਼ਨਾਂ ਦੇ ਮੱਦੇਨਜ਼ਰ? ਦੇਖੋ, ਜਦੋਂ ਸਾਹਿਬ ਕਾਸ਼ੀ ਰਾਮ ਜੀ ਜਿਹੜੇ ਇੱਕ ਪੰਜਾਬ ਤੋਂ ਸੀ, ਉਹਨਾਂ ਨੇ ਪਾਰਟੀ ਬਣਾਈ 2004 ਦੇ ਵਿੱਚ ਜਦੋਂ ਚੋਣਾਂ ਹੋਈਆਂ ਮਾਣਯੋਗ ਜੀ। ਹਾਂਜੀ, ਲੱਗਦਾ ਸਾਡਾ ਰਾਬਤਾ ਜਿਹੜਾ ਹੈ ਉਹ ਕੱਟ ਗਿਆ ਹੈ ਗੜੀ ਸਾਹਿਬ ਨਾਲ। ਜੀ ਜੀ ਗੜੀ ਸਾਹਿਬ, ਆਵਾਜ਼ ਆ ਰਹੀ ਹੈ? ਜੀ ਜੀ ਹਾਂਜੀ, ਮੇਰਾ ਆਡੀਓ ਵੀਡੀਓ ਠੀਕ ਆ ਰਹੀ? ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਸਹੀ ਆ ਰਹੀ ਜੀ, ਦਰੁਸਤ ਆ ਰਹੀ। ਹਾਂਜੀ, ਜਦੋਂ 2004 ਦੇ ਵਿੱਚ ਸਾਹਿਬ ਕਾਸ਼ੀ ਰਾਮ ਜੀ ਬੈੱਡ 'ਤੇ ਸੀ ਬਿਮਾਰੀ ਦੇ ਕਾਰਨ, ਉਦੋਂ ਪਾਰਟੀ ਨੂੰ 1,56,00,000 ਵੋਟ ਪੂਰੇ ਦੇਸ਼ ਲੈਵਲ 'ਤੇ ਪਿਆ ਸੀ। ਔਰ 20 ਸਾਲਾਂ ਬਾਅਦ 2019 ਦੇ ਵਿੱਚ ਜਦੋਂ ਭੈਣ ਕੁਮਾਰੀ ਮਾਇਆਵਤੀ ਜੀ ਦੀ ਅਗਵਾਈ 'ਚ ਲੋਕ ਸਭਾ ਹੁਣ ਲੜੀ ਗਈ ਆ, ਉਦੋਂ 2,24,00,000 ਵੋਟ ਪੈਂਦੇ ਆ। 70-75 ਲੱਖ ਦਾ ਵੋਟਾਂ ਦਾ ਇਜਾਫਾ ਮਾਣਯੋਗ ਭੈਣ ਕੁਮਾਰੀ ਮਾਇਆਵਤੀ ਜੀ ਦੀ ਅਗਵਾਈ 'ਚ ਹੋਇਆ। ਇਹਦਾ ਮਤਲਬ ਇਹ ਆ ਕਿ ਜਿਹੜੀ ਬਹੁਜਨ ਸਮਾਜ ਪਾਰਟੀ ਦੀ ਮੌਜੂਦਾ ਲੀਡਰਸ਼ਿਪ ਹੈ, ਜਿਹਦੀ ਅਗਵਾਈ 'ਚ 70-75 ਲੱਖ ਵੋਟਾਂ ਦਾ ਇਜਾਫਾ ਪਿਛਲੇ 15 ਸਾਲਾਂ 'ਚ ਪਾਰਟੀ ਦੇ ਖਾਤੇ 'ਚ ਹੋਇਆ, ਉਹ ਲੀਡਰਸ਼ਿਪ ਬੜੀ ਲੈਕ ਵਾ। ਲੇਕਿਨ ਉੱਤਰ ਪ੍ਰਦੇਸ਼ ਦਾ ਜਿਹੜਾ ਮੌਜੂਦਾ ਦੌਰ ਹੈ, ਜਿੱਥੇ ਬੀਜੇਪੀ ਸਮਾਜਵਾਦੀ ਪਾਰਟੀ, ਇਹਨਾਂ ਕੋਲ ਕਰੋੜਾਂ ਅਰਬਾਂ ਦੇ ਬੇਅੰਤ ਸਾਧਨ ਨੇ, ਔਰ ਜਿਹੜੀ ਸਾਡੀ ਪਾਰਟੀ ਆ ਇਹ ਬੜੀ ਸਾਧਨਾਂ ਤੋਂ ਬਹੁਤ ਕਮਜ਼ੋਰ ਪਾਰਟੀ ਆ। ਹਾਲਾਂਕਿ ਫਿਰ ਵੀ ਅਸੀਂ ਫਸਵੇਂ ਮੁਕਾਬਲੇ ਦੇ ਵਿੱਚ ਜਿਹੜਾ ਉੱਥੇ ਹੈਗੇ ਹਾਂ, ਔਰ ਇੱਦਾਂ ਦੀ ਉਮੀਦ ਆ ਰਹੀ ਆ ਨਜ਼ਰ ਕਿ ਜਿੱਦਾਂ ਸਮਾਜਵਾਦੀ ਪਾਰਟੀ ਦਾ ਮੀਡੀਆ ਨੇ ਇੱਕ ਨਕਲੀ ਜਿਹਾ ਔਰਾ ਬਣਾਇਆ ਸੀ, ਆ ਜ਼ਿਲ੍ਹਾ ਪਰਿਸ਼ਦ ਦੀਆਂ ਵੋਟਾਂ ਦੇ ਵਿੱਚ ਉਹ ਬਿਲਕੁਲ ਕ੍ਰਸ਼ ਹੋ ਕੇ ਡਿੱਗ ਪਏ ਆ, ਮੂੰਹ ਦੇ ਮੂੰਹ ਡਿੱਗੇ ਆ। ਔਰ ਭੈਣ ਕੁਮਾਰੀ ਮਾਇਆਵਤੀ ਜੀ ਨੇ ਜਿਸ ਰਾਜਨੀਤਿਕ ਪੈਤੜੇ ਦੇ ਨਾਲ ਇਹ ਜ਼ਿਲ੍ਹਾ ਪਰਿਸ਼ਦ ਦੇ ਇਲੈਕਸ਼ਨਾਂ ਨੂੰ ਡੀਲ ਕੀਤਾ, ਔਰ ਜਿੱਦਾਂ ਦੀਆਂ ਮੈਂ ਉੱਥੋਂ ਦੇ ਨੈਲਸੇ ਸੁਣਦਾ ਹਿੰਦੀ ਮੀਡੀਆ ਦੇ ਵਿੱਚ ਆਉਂਦੇ ਆ, ਤਾਂ ਮੈਨੂੰ ਇੱਦਾਂ ਲੱਗਦਾ ਬਹੁਜਨ ਸਮਾਜ ਪਾਰਟੀ ਉੱਥੇ ਫੁੱਲ ਮੈਜੋਰਟੀ ਸਰਕਾਰ ਦਾ ਨਿਰਮਾਣ ਕਰਨ ਜਾ ਰਹੀ। ਜੀ ਜੀ ਗੜੀ ਸਾਹਿਬ, ਆਪਣੇ ਕਾਲਰ ਜੁੜ ਗਏ, ਫਿਰ ਆਪਾਂ ਪੰਜਾਬ ਆ ਜਾਂਦੇ ਹਾਂ। ਜੀ ਕ੍ਰਿਸ਼ਨ ਜੀ, ਬਹੁਤ ਬਹੁਤ ਸਵਾਗਤ ਜੀ ਤੁਹਾਡਾ, ਤੁਸੀਂ ਔਨ ਏਅਰ ਹੋ ਗੜੀ ਸਾਹਿਬ ਆਪਣੇ ਨਾਲ ਜੁੜੇ ਹੋਏ ਹੈ। ਹਾਂਜੀ ਗੁਲਾਬ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਆਪਣੇ ਨਾਲ ਗੜੀ ਸਾਹਿਬ ਜੁੜੇ ਹੋਏ। ਕ੍ਰਿਸ਼ਨ ਜੀ, ਕ੍ਰਿਸ਼ਨ ਬੋਲ ਰਿਹਾ ਕੈਲੀਫੋਰਨੀਆ ਤੋਂ। ਜੀ 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 ਕ੍ਰਿਸ਼ਨ ਜੀ, ਗੜੀ ਸਾਹਿਬ ਆਪਣੇ ਨਾਲ ਜੁੜੇ ਹੋਏ ਹੈ, ਕੋਈ ਕੁਐਸਚਨ? ਕੀ ਹਾਲ ਚਾਲ ਜੀ? ਸਾਰੇ ਠੀਕ ਠਾਕ ਜੀ, ਤੁਸੀਂ ਦੱਸੋ, ਸਭ ਠੀਕ ਠਾਕ? ਬਹੁਤ ਵਧੀਆ। ਅੱਜ BSP ਦੇ ਪ੍ਰੈਜ਼ੀਡੈਂਟ ਸਾਹਿਬ ਗੜੀ ਸਾਹਿਬ ਲੈ ਕੇ ਤੁਸੀਂ ਬਹੁਤ ਵਧੀਆ ਬੁਲਾ ਰਹੇ ਆ, ਬਹੁਤ ਵਧੀਆ ਕੰਮ ਕਰਦੇ ਆ ਇਹ ਜੀ। ਇਹਨਾਂ ਨੂੰ ਆਪਣੇ ਜੈ ਭੀਮ ਜੈ ਭਾਰਤ ਜੀ ਜੀ ਕ੍ਰਿਸ਼ਨ ਜੀ, ਇਹਨਾਂ ਨੂੰ ਬੇਨਤੀ ਹੈ ਵੀ ਤਕੜੇ ਹੋ ਕੇ ਇਲੈਕਸ਼ਨ ਲੜੋ, ਪੰਜਾਬ 'ਚ ਆਪਣਾ ਸਟੈਂਡ ਕਰੋ, ਥੋੜ੍ਹਾ ਉਹਦਾ ਆਪਣੇ ਲੋਕਾਂ ਨੂੰ ਪਤਾ ਲੱਗੇ ਵੀ ਤੁਸੀਂ ਹੈਗੇ, ਚੰਗਾ ਕੰਮ ਕਰੋ। ਜੀ ਜੀ, ਬਹੁਤ ਬਹੁਤ ਧੰਨਵਾਦ ਕ੍ਰਿਸ਼ਨ ਜੀ, ਤੁਸੀਂ ਬਾਕੀ ਸਾਡਾ ਸਹਿਯੋਗ ਇਹਨਾਂ ਨਾਲ ਆ ਜੀ, ਤਨ ਮਨ ਦੀ ਧੰਨ ਤੇ ਧੰਨਵਾਦ। ਧੰਨਵਾਦ ਕ੍ਰਿਸ਼ਨ ਜੀ। ਗੜੀ ਸਾਹਿਬ, ਆਪਾਂ ਪੰਜਾਬ ਆਉਂਦੇ ਹਾਂ, ਇਹ ਰਜਿੰਦਰ ਕ੍ਰਿਸ਼ਨ ਜੀ ਸੀ, ਆਪਣਾ ਆਪਦੇ ਵਿਚਾਰ ਦਿੰਦੇ ਰਹਿੰਦੇ ਹਾਂ। ਆਪਾਂ ਪੰਜਾਬ ਆਉਂਦੇ, ਤੁਹਾਨੂੰ ਨਹੀਂ ਲੱਗਦਾ ਜਿਸ ਹਿਸਾਬ ਨਾਲ ਹਾਲਾਤ ਚੱਲ ਰਹੇ ਹੈ, ਜੇ ਤੁਹਾਡਾ ਬਹੁਜਨ ਸਮਾਜ ਪਾਰਟੀ ਅਤੇ ਆਮ ਆਦਮੀ ਪਾਰਟੀ ਦਾ ਕੋਲੈਬਰੇਸ਼ਨ ਹੋ ਜਾਂਦਾ ਤਾਂ ਕਾਫੀ ਚੰਗੀ ਸਿਚੁਏਸ਼ਨ 'ਚ ਤੁਸੀਂ ਆਪਦੇ ਆਪ ਨੂੰ ਦੇਖ ਸਕਦੇ ਸੀ? ਇਹ ਖਦਸ਼ੇ ਇੱਥੇ ਬੈਠੇ ਲੋਕਾਂ ਦੇ ਨਹੀਂ। ਬਹੁਜਨ ਸਮਾਜ ਪਾਰਟੀ ਗੁਰੂਆਂ ਰਹਿਬਰਾਂ ਦਾ ਮਿਸ਼ਨ ਚਲਾਉਣ ਵਾਲੀ ਪਾਰਟੀ ਆ। ਬਹੁਜਨ ਸਮਾਜ ਪਾਰਟੀ ਦਾ ਸਾਹਿਬ ਕਾਸ਼ੀ ਰਾਮ ਜੀ ਨੇ ਇੱਕ ਵਾਰ ਕਿਹਾ ਸੀ ਕਿ ਸਾਡਾ ਤਾਂ ਚੋਣ ਮੈਨੀਫੈਸਟੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਅਸੀਂ ਭਾਰਤ ਦੇ ਸੰਵਿਧਾਨ ਲਿਖਣ ਵਾਲੇ ਬਾਬਾ ਸਾਹਿਬ ਅੰਬੇਡਕਰ, ਭੀਮ ਰਾਓ ਅੰਬੇਡਕਰ, ਉਹਦੀ ਜੈ ਭੀਮ ਪਲਾਉਂਦੇ ਹਾਂ। ਅਸੀਂ ਜਿਸ ਧਰਤੀ 'ਚ ਜੰਮੇ ਪਲੇ ਹਾਂ, ਸਾਨੂੰ ਇੱਕ ਦੇਸ਼ ਭਗਤੀ ਸਿਖਾਈ ਜਾਂਦੀ, ਅਸੀਂ ਜੈ ਭਾਰਤ ਬੁਲਾਉਂਦੇ ਹਾਂ। ਜਿਹੜੀ ਆਮ ਆਦਮੀ ਪਾਰਟੀ ਆ, ਇਹ RSS ਦੀ ਪਲਾਂਟਡ ਪਾਰਟੀ, ਜਨਤਾ ਪਾਰਟੀ ਦੀ ਪਲਾਂਟਡ ਪਾਰਟੀ ਆ।
आम आदमी पार्टी का जो सबूत वजो मैं जो थोड़े गल रखा तो उन्होंने भारतीय जनता पार्टी RSS का नारा RSS का नारा आया बंदे मातरम जी जी और आम आदमी पार्टी का नारा आया बंदे मातरम RSS नारा लाउंदी आ भारत माता की जय और आम आदमी पार्टी नारा लाउंदी आ भारत माता की जय और जिस तरीके दे नाल पिछे जाए मुस्लिम घट गिणती वर्गों के जिहड़ा उत्थे शाहीन बाग दे विच धरना लग्या सी जिस तरीके नाल आम आदमी पार्टी ने घट गिणतियां तो दूरी बना के रखी और उत्थे उन्हां दी सरकार सी उन्हां दे हक विच बोले नहीं और उत्थे मनीष सिसोदिया जी जिहड़े डिप्टी CM है जदों ओह गए अखबारां च खबर लगी कि केजरीवाल साहब ने बड़े दबके मारे भी तो शाहीन बाग क्यों चला गया आ जिहड़ियां सारियां गल्लां बातां इह दस्सदियां ने कि पंजाबियां नूं जिहड़े पंजाब पंथ पाणी दा हित चाहुंदे आ पंजाब दा हित चाहुंदे आ उन्हां नूं RSS और BJP दी B टीम आम आदमी पार्टी तो बहुत सचेत रहना चाहिए आ जी 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 गड़ी साहब अपने कॉलर जुड़ गए लैके अगे वधदे आ जी अटवाल साहब तुसीं होने रहो गड़ी साहब जुड़े बहुत बहुत स्वागत जी तुहाडा हाँ जी बहुत शुक्रिया गुरलाल भाजी अपने भाई साहब का शो ते आउण दा ते सानू जानकारी देण दा सो एक क्वेश्चन सीगा जी जिस हिसाब दे नाल सरमाएदार बंदे ते आम बंदे रोजमर्रा दे जिहड़े जीवन बतीत करदे आ उहनां दे विच गैप बहुत ज्यादा वधी जांदा है जी रुजगार वास्ते जॉब अपॉर्चुनिटीज वास्ते लोगों नूं बहुत ज्यादा जद्दोजहद करनी पै रही है सो उहदे विच जे तुहानूं मौका मिलदा है सरकार बनाउण दा आउण वाले समें दे विच की तुसीं कर सकते हैं जिहदे वास्ते जिहड़ा गैप है डिवाइड है यही घट जावे जी ते दूजा क्वेश्चन है जी खेतीबाड़ी फार्मर्स वास्ते उहनां दी जद्दोजहद काफ़ी लंबी चल रही है जी ਤੇ ਹੋਰ ਪਤਾ ਨਹੀਂ ਕਦੋਂ ਖਤਮ ਹੋਣੀ ਆ ਤੇ ਪਾਲਿਸੀ ਮੇਕਰਸ ਜਾਂ ਸਰਕਾਰਾਂ ਉਹਨਾਂ ਦੀ ਆਵਾਜ਼ ਸੁਣਦੀਆਂ ਨੇਗੀਆਂ ਜੀ ਤੇ ਉਹਦੇ ਵਾਸਤੇ ਤੁਹਾਡਾ ਕੀ ਸੁਝਾਅ ਆ ਜੀ ਕਿਸ ਤਰੀਕੇ ਨਾਲ ਉਹ ਚੀਜ਼ ਨੂੰ ਬਦਲਿਆ ਜਾ ਸਕਦਾ ਜੀ ਧੰਨਵਾਦ ਅਟਵਾਲ ਸਾਹਿਬ ਤੁਹਾਡਾ ਬਹੁਤ ਬਹੁਤ ਅਟਵਾਲ ਸਾਹਿਬ ਦੇ ਸਵਾਲ ਬਹੁਤ ਅੱਛੇ ਸੀਗੇ ਪਡਾਲ ਜੀ 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 ਦੇਖੋ ਕਿੱਦਾਂ ਇਹਨਾਂ ਦਾ ਵਿਦਵਤਾ ਭਰਿਆ ਸਵਾਲ ਹੈ ਜਿਹੜਾ ਸਵਾਲ ਬਾਬਾ ਸਾਹਿਬ ਅੰਬੇਡਕਰ ਨੇ ਜਿਹਦਾ ਉੱਤਰ ਭਾਰਤ ਦੇ ਸੰਵਿਧਾਨ ਵਿੱਚ ਦਿੱਤਾ ਅਟਵਾਲ ਸਾਹਿਬ 19 ਦੂਰ ਦ੍ਰਿਸ਼ਟਤਾ ਤੱਕ ਗਏ ਆ ਜੀ ਜੀ ਭਾਰਤ ਦੇ ਸੰਵਿਧਾਨ 'ਚ ਦਰਜ ਹੈ ਕਿ ਸਰਕਾਰ ਕਿਵੇਂ ਚਲਾਈ ਜਾਣੀ ਚਾਹੀਦੀ ਆ ਸਟੇਟ ਪਾਲਿਸੀ ਕਿਆ ਹੋਣੀ ਚਾਹੀਦੀ ਆ ਜਦੋਂ ਉਹ ਆਪਣਾ ਸਰਕਾਰ ਚਲਾਵੇ ਸਟੇਟ ਪਾਲਿਸੀ ਉਹਦੇ 'ਚ ਉਹ ਲਿਖਦੇ ਆ ਆਰਟੀਕਲ 35-36 ਤੋਂ ਲੈ ਕੇ 51 ਤੱਕ ਜਿਹੜਾ ਉਹਨਾਂ ਦੇ ਆਰਟੀਕਲ ਨੇ ਉਹਦੇ 'ਚ ਉਹ ਲਿਖਦੇ ਆ ਕਿ ਇੱਕ ਮੱਦ ਇਹ ਆ ਕਿ ਭਾਰਤ ਦਾ ਧਨ ਦੇਸ਼ ਦਾ ਸਰਮਾਇਆ ਕੁਛ ਹੱਥਾਂ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ ਇਹ ਪਾੜਾ ਵਧਣਾ ਨਹੀਂ ਚਾਹੀਦਾ ਔਰ ਤੁਸੀਂ ਹੈਰਾਨੀ ਦੇਖੋ 2001 ਦੇ ਵਿੱਚ ਇੱਕ ਆਕਸਫੋਰਮ ਹੈ ਇੱਕ NGO ਟਾਈਪ ਆਕਸਫੋਰਮ ਹੈ ਉਹ ਰਿਪੋਰਟ ਦਿੰਦੀ ਭਾਰਤ ਦੇ ਸਰਮਾਏ ਬਾਰੇ ਕਿ ਦੇਸ਼ ਦੇ 1% ਲੋਕਾਂ ਕੋਲ 43% ਧਨ ਹੈ ਔਰ ਉਹੀ ਆਕਸਫੋਰਮ 2020 ਦੇ ਵਿੱਚ ਰਿਪੋਰਟ ਦਿੰਦੀ ਆ ਕਿ ਦੇਸ਼ ਦੇ 1% ਲੋਕਾਂ ਕੋਲ 73% ਧਨ ਹੈ ਇਹਦਾ ਮਤਲਬ 20 ਸਾਲਾਂ ਦੇ ਵਿੱਚ 30% ਧਨ ਜਿਹੜਾ 1% ਲੋਕਾਂ ਕੋਲ ਸਿਮਟ ਗਿਆ ਇਹਦਾ ਮਤਲਬ ਇਹ ਆ ਆਉਣੇ ਵਾਲੇ 20 ਸਾਲਾਂ ਦੇ ਵਿੱਚ ਜਿਹੜਾ ਬਚਦਾ 30% ਹੈ ਇਹ ਧਨ ਵੀ ਖਤਮ ਹੋ ਜਾਏਗਾ ਔਰ ਜਿਹੜਾ ਸਰਮਾਏਦਾਰੀ ਦਾ ਜਿਹੜਾ ਪਾੜਾ ਵੱਡੇ ਪੱਧਰ ਤੇ ਵਧੇਗਾ ਇਹਨੂੰ ਰੋਕਣਾ ਕਿਨ ਸੀਗਾ ਸਰਕਾਰ ਨੇ ਇਹ ਡਿਊਟੀ ਕਿਹਦੀ ਸਰਕਾਰ ਦੀ ਸਰਕਾਰ ਆਪਾਂ ਕਿਹਦੀ ਚੁਣੀ ਸਰਮਾਏਦਾਰਾਂ ਦੀ ਤਾਂ ਸਰਕਾਰ ਸਰਮਾਏਦਾਰਾਂ ਦੀ ਨਾ ਚੁਣ ਕੇ ਸਰਕਾਰ ਸਾਨੂੰ ਆਮ ਲੋਕਾਂ ਦੀ ਮਜ਼ਦੂਰਾਂ ਦੀ ਬਹੁਜਨ ਸਮਾਜ ਦੀ ਚੁਣਨੀ ਚਾਹੀਦੀ ਜਿਹਦੇ 'ਚ ਸਾਰੀਆਂ ਜਾਤਾਂ ਸਾਰੇ ਧਰਮ ਆਉਂਦੇ ਇਹਨਾਂ ਨੇ ਫਾਰਮਰਸ ਦੀ ਗੱਲ ਕੀਤੀ ਦੇਖੋ ਫਾਰਮਰਸ ਦੀ ਗੱਲ ਆਮ ਆਦਮੀ ਪਾਰਟੀ ਦੀ ਤੁਸੀਂ ਕਹਿੰਦੇ ਗੱਠਬੰਧਨ ਆਮ ਆਦਮੀ ਪਾਰਟੀ ਨੇ ਕਿਉਂ ਨਹੀਂ ਕੀਤਾ ਜਿਹੜੇ ਬਿੱਲ ਸ਼੍ਰੋਮਣੀ ਅਕਾਲੀ ਦਲ ਤੇ ਇਲਜ਼ਾਮ ਲੱਗਦਾ ਉਹੀ ਆਮ ਆਦਮੀ ਪਾਰਟੀ ਤੇ ਵੀ ਲੱਗਦਾ ਬਈ ਇਹਨਾਂ ਨੇ ਬਿੱਲ ਪਾਸ ਕੀਤੇ ਵਿਧਾਨ ਸਭਾ ਦੇ ਵਿੱਚ ਉਹੀ ਵਿਧਾਨ ਸਭਾ 'ਚ ਬਿੱਲ ਪਾਸ ਕਰਕੇ ਆਰਡੀਨੈਂਸ ਪਾਸ ਕਰਕੇ ਇਹਨਾਂ ਨੇ ਫਾੜਨ ਦਾ ਡਰਾਮਾ ਵੀ ਕੀਤਾ ਔਰ ਕਿਸਾਨਾਂ ਨਾਲ ਖੜੇ ਹੋਣ ਦਾ ਡਰਾਮਾ ਵੀ ਕੀਤਾ ਇਸ ਕਰਕੇ ਜਿਹੜਾ ਅਸਲੀ ਸਾਨੂੰ ਜਿਹੜਾ ਹੈਗਾ ਆ ਆਪਣਾ ਸਟੈਂਡ ਜਿਹੜਾ ਆਪਣਾ ਵਿਜ਼ਨ ਜਿਹੜਾ ਹੈਗਾ ਉਹ ਹਰ ਸਮੱਸਿਆ ਦਾ ਹੱਲ ਰਾਜਨੀਤੀ ਆ ਇਹ ਬਾਬਾ ਸਾਹਿਬ ਅੰਬੇਡਕਰ ਕਹਿੰਦੇ ਹਰ ਸਮੱਸਿਆ ਸਾਨੂੰ ਫਾਰਮਰਸ ਨੂੰ ਸਹੂਲਤਾਂ ਕਿਨ ਦੇਣੀਆਂ ਸਰਕਾਰ ਨੇ ਫਾਰਮਰ ਦੇ ਪ੍ਰਤੀ ਪਾਲਿਸੀ ਕਿਨ ਬਣਾਉਣੀ ਸਰਕਾਰ ਨੇ ਮਜ਼ਦੂਰਾਂ ਦੀ ਸਰਮਾਏਦਾਰੀ ਦੀ ਇਹ ਪਾੜਾ ਕਿਨ ਖਤਮ ਕਰਨਾ ਸਰਕਾਰ ਨੇ ਸੋਸ਼ਲ ਸਿਕਿਉਰਿਟੀ ਕਿਨ ਦੇਣੀ ਸਰਕਾਰ ਨੇ ਨੀਤੀਆਂ ਕਿਨ ਬਣਾਉਣੀਆਂ ਸਰਕਾਰ ਨੇ ਦੈਨ ਅਸੀਂ ਸਰਕਾਰ ਕਿਉਂ ਨਹੀਂ ਚੰਗੇ ਹੱਥਾਂ ਵਿੱਚ ਦਿੰਦੇ ਜੀ 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 ਗੜੀ ਸਾਹਿਬ ਆਪਣੇ ਇੱਕ ਡਾਕਟਰ ਸਾਹਿਬ ਜੁੜ ਗਏ ਇਹਨਾਂ ਦਾ ਕੁਐਸਚਨ ਲੈ ਕੇ ਆਪਾਂ ਬ੍ਰੇਕ ਲਵਾਂਗੇ ਅਤੇ ਉਸ ਤੋਂ ਬਾਅਦ ਆਪਾਂ ਫਿਰ ਲੱਗੇ ਰਹਾਂਗੇ ਆਪਦੇ ਪੂਰੇ ਲਾਸਟ ਸੈਗਮੈਂਟ ਵਾਸਤੇ ਜੀ ਬਾਜਵਾ ਸਾਹਿਬ ਡਾਕਟਰ ਬਾਜਵਾ ਤੁਸੀਂ ਓਨਰ ਹੋ ਗੜੀ ਸਾਹਿਬ ਆਪਣੇ ਨਾਲ ਜੁੜੇ ਹੋਏ ਹੈ ਬਹੁਤ ਬਹੁਤ ਸਵਾਗਤ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਗੁਰਲਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਜਵਾ ਸਾਹਿਬ ਜੀ ਬਾਜਵਾ ਸਾਹਿਬ ਤੁਸੀਂ ਓਨਰ ਹੋ ਆਵਾਜ਼ ਕਲੀਅਰ ਨਹੀਂ ਆ ਰਹੀ ਹਾਂਜੀ ਹੁਣ ਤੁਹਾਡੀ ਆਵਾਜ਼ ਕਲੀਅਰ ਆ ਰਹੀ ਹੈ ਜੀ ਅੱਛਾ ਮੇਰਾ ਤਾਂ ਇਹਨਾਂ ਨੂੰ ਇਹ ਸਵਾਲ ਹੈ ਕਿ ਮੈਂ
ਸਾਰੀ ਗੱਲਬਾਤ ਇਹਨਾਂ ਦੀ ਸੁਣੀ ਹੈ ਜੀ। ਜਿਵੇਂ ਸ਼ੁਰੂ ਉੱਤੇ ਇਹਨਾਂ ਨੇ ਜੋ ਧਾਰਮਿਕ ਪੱਖ ਰੱਖਿਆ ਬੜਾ ਇਮੋਸ਼ਨਲ ਸੀ ਜੀ, ਸਮਾਜਿਕ ਵੀ ਸੀ, ਪਰ ਉਹਦਾ ਪੋਲੀਟਿਕਸ ਨਾਲ ਅੱਜ ਦੇ ਟਾਈਮ 'ਚ ਕੋਈ ਮੇਲ ਨਹੀਂ ਖਾਂਦਾ ਜੀ, ਕਿਉਂਕਿ ਜਿਹੜੀ ਪਾਰਟੀ ਨਾਲ ਇਹਨਾਂ ਨੇ ਸਮਝੌਤਾ ਕੀਤਾ ਹੈ ਉਹ ਤਾਂ ਬੜੇ ਖੁਦ ਹੀ ਬਹੁਤ ਰਿਚ ਹੈ ਉਹਨਾਂ ਦੇ ਪ੍ਰੈਜ਼ੀਡੈਂਟ ਔਰ ਉਹ ਜਿਹੜੀ ਪਾਰਟੀ ਹੈ ਜੀ, ਔਰ ਇਹ ਆਪਣੀਆਂ ਗੱਲਾਂ ਕਰ ਰਹੇ ਆ ਗਰੀਬੀ ਦੀਆਂ, ਔਰ ਇਹ ਆ ਬਈ ਆਹ ਹੁਣ 1% ਦੀ ਗੱਲ ਕਰ ਰਹੇ ਆ ਜਿਹਨਾਂ ਕੋਲ ਧਨ ਹੈ ਉਹ ਤਾਂ ਹਿੰਦੁਸਤਾਨ ਦੇ 1% ਬੰਦਿਆਂ 'ਚ ਹੈ ਜੀ। ਚਲੋ ਮੈਂ ਅੱਗੇ ਚੱਲਦਾ ਜੀ ਜੀ, ਜਿੱਥੋਂ ਪੰਜਾਬ 'ਚੋਂ ਇਹ ਪਾਰਟੀ ਇਹਨਾਂ ਨੇ ਦੱਸਿਆ ਓਰੀਜਿਨੇਟ ਹੋਈ ਜੀ ਜੀ, ਇੱਥੇ 33% ਦਲਿਤ ਪਾਪੂਲੇਸ਼ਨ ਵੀ ਹੈ, ਉਹ ਫਾਇਦਾ ਇਹਦਾ ਜਾ ਕੇ ਯੂਪੀ 'ਚ ਹੋਇਆ, ਪੰਜਾਬ 'ਚ ਤਾਂ ਅਸੀਂ ਕੁਛ ਕਰ ਨਹੀਂ ਸਕੇ। ਪਰ ਦੂਜੀ ਇਹ ਚੀਜ਼ ਹੈ, ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਅੱਜ ਦੇ ਦਿਨ 'ਚ ਅਕਾਲੀਆਂ ਤੋਂ ਅਤੇ ਕਾਂਗਰਸ ਤੋਂ ਜਿਹੜਾ ਅੱਜ ਦਾ ਉੱਥੇ ਵੋਟਰ ਹੈ ਉਹ ਬਹੁਤ ਨਿਰਾਸ਼ ਹੈ ਜੀ ਜੀ। ਕਾਂਗਰਸ ਤੋਂ ਵੀ ਉਹਨਾਂ ਨੇ ਕੋਈ ਵਾਅਦੇ ਨਹੀਂ ਪੂਰੇ ਕੀਤੇ, ਅਕਾਲੀ ਜੋ 10 ਸਾਲ 'ਚ ਇੰਨਾ ਡੈਟ ਚੜ੍ਹਾ ਗਏ, ਬੇਅਦਬੀ ਦਾ ਮਾਮਲਾ ਜੀ ਜੀ। ਪਰ ਹੁਣ ਇਹਨਾਂ ਨੇ ਜਦੋਂ ਅਕਾਲੀਆਂ ਨੂੰ ਚੁਣ ਲਿਆ, ਮੈਨੂੰ ਇਹ ਦੱਸਣ ਵੀ ਇਹਨਾਂ ਨੇ ਲੈਸਰ ਈਵਲ ਆਫ ਦਾ ਟੂ ਚੁਣਿਆ ਕਿ ਜਾਂ ਇਹ ਜਿਹੜੀ ਇਹ ਕੌਣ ਅਲਾਇੰਸ ਇਹਨਾਂ ਦੀ ਨਵੀਂ ਬਣ ਰਹੀ ਹੈ, ਇਹ ਜਿਵੇਂ ਅੱਗੇ ਉਹ ਅਕਾਲੀ ਅਤੇ ਕਾਂਗਰਸ ਰਲ ਕੇ ਇਕੱਠੇ ਹੋ ਜਾਂਦੇ ਸੀ, ਇਹ ਦਲਿਤ ਦਾ ਵੋਟ ਵੀ ਉਹਨਾਂ ਦੀ ਇੱਕ ਜਾਂ ਦੂਜੇ ਦੀ ਫੇਵਰ 'ਚ ਇਹ ਭੁਗਤਾ ਦੇਣਗੇ, ਅਤੇ ਜਿਹੜੀ ਪੰਜਾਬ 'ਚ ਲੋਕਾਂ ਨੂੰ ਚੇਂਜ ਦੀ ਉਮੀਦ ਹੈ ਉਹਨੂੰ ਇੱਕ ਵਾਰੀ BSP ਫਿਰ ਟਿੱਬੀ ਲਾਉਣ 'ਚ ਕਾਮਯਾਬ ਹੋ ਸਕਦੀ ਹੈ। ਸੋ ਮੇਰਾ ਇਹ ਇਹਨਾਂ ਨੂੰ ਸਵਾਲ ਹੈ ਜੀ, ਅਗਰ ਇਹ ਜਵਾਬ ਦੇ ਦੇਣ। ਜ਼ਰੂਰ ਜ਼ਰੂਰ, ਬਹੁਤ ਧੰਨਵਾਦ ਬਾਜਵਾ ਸਾਹਿਬ, ਧੰਨਵਾਦ। ਬਾਜਵਾ ਸਾਹਿਬ ਬਹੁਤ ਵੱਡੇ ਖਤਰਨਾਕ ਸ਼ੰਕਿਆਂ ਦੇ ਵਿੱਚ ਘਿਰੇ ਹੋਏ ਔਰ ਬਿਲਕੁਲ ਜਾਇਜ਼ ਹੈ ਜੀ ਜੀ, ਬਿਲਕੁਲ ਇਕੱਲੇ। ਗੜੀ ਸਾਹਿਬ ਆਪਾਂ ਨਾ, ਤੁਸੀਂ ਇਹ ਸਾਰੇ ਮੁੱਦੇ ਨੋਟ ਕੀਤੇ, ਤੁਸੀਂ ਮੁੱਦੇ ਸਾਰੇ ਨੋਟ ਕੀਤੇ ਹੈ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ। ਇਕੱਲੇ ਇਹ ਨਹੀਂ, ਆਮ ਇੱਥੇ ਜੋ NRI ਬ੍ਰਦਰ ਜਿਹੜਾ ਭਾਈਚਾਰਾ ਨਾ, ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਇਹਦਾ ਖੁੱਲ੍ਹ ਕੇ ਜਵਾਬ ਦਿਓ ਬ੍ਰੇਕ ਤੋਂ ਬਾਅਦ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ। ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਨਯੋਗ ਜਸਵੀਰ ਸਿੰਘ ਗੜੀ, ਆਪਾਂ ਨੂੰ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ, ਇਸੇ ਤਰ੍ਹਾਂ ਬਣੇ ਰਹੋ ਜਸ ਪੰਜਾਬੀ 'ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਅਰ ਪ੍ਰੋਗਰਾਮ ਓਪਨ ਪਲੈਟਫਾਰਮ 'ਚ। ਆਪਣੇ ਨਾਲ ਜੁੜੇ ਹੋਏ ਨੇ ਮਾਨਯੋਗ ਜਸਵੀਰ ਸਿੰਘ ਗੜੀ। ਗੜੀ ਸਾਹਿਬ, ਤੁਸੀਂ ਬਾਜਵਾ ਸਾਹਿਬ ਨੂੰ ਚੰਗੀ ਤਰ੍ਹਾਂ ਸੁਣਿਆ, ਜੋ ਮੈਨੂੰ ਸਮਝਾਈ ਉਹਨਾਂ ਦੇ ਇੱਕ ਦੋ ਪੁਆਇੰਟ ਵੱਡੇ ਸੀ। ਇੱਕ ਤਾਂ ਵੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਨਾਲ ਤੁਸੀਂ ਆਪਦਾ ਜਿਹੜੀ ਗਠਬੰਧਨ ਕੀਤਾ ਆ ਉਹ 1% ਚਾਹੁੰਦੇ ਜਿਹਨਾਂ ਕੋਲ ਸਾਰਾ ਧਨ ਹੈ, 43% ਧਨ ਹੈ ਜੋ ਵੀ। ਦੂਸਰਾ ਉਹਨਾਂ ਦਾ ਇਹ ਸੀਗਾ, ਖਦਸ਼ੇ ਹੈ ਲੋਕਾਂ ਦੇ, ਇਕੱਲੇ ਉਹਨਾਂ ਦੇ ਨਹੀਂ, ਕਿ ਜਿਸ ਤਰ੍ਹਾਂ ਪਹਿਲੀ ਵਾਰੀ। ਹਾਂਜੀ ਚਲੋ ਸ਼ੁਰੂ ਕਰੋ ਤੁਸੀਂ ਜੀ। ਜੋ ਡਾਕਟਰ ਬਾਜਵਾ ਸਾਹਿਬ ਨੇ ਜੋ ਖਦਸ਼ੇ, ਉਹ ਪੂਰੇ ਭਾਈਚਾਰੇ ਦੇ, ਉਹ ਮੈਂ ਉਹਨਾਂ ਦੀ ਨੁਮਾਇੰਦਗੀ ਮੰਨਦਾ ਜਿਹੜੇ ਅੱਜ ਬੈਠੇ ਸਾਨੂੰ ਸੁਣ ਰਹੇ ਆ ਜੀ ਜੀ। ਔਰ ਉਹਨਾਂ ਦੀ ਬੜੀ ਦਿਲ ਦੀ ਗਹਿਰਾਈਆਂ ਵਾਲੇ ਸਵਾਲ ਸੀ। ਇਹਨਾਂ ਨੇ ਕਿਹਾ ਕਿ ਕਾਂਗਰਸ ਔਰ ਅਕਾਲੀ ਦੋਨੋਂ ਨਾਲ ਪੰਜਾਬ ਦੇ ਨਾਲ ਕੋਈ ਧੱਕੇ ਜ਼ੁਲਮ, ਜੋ ਉਹਨਾਂ ਦੀ ਵਿਆਖਿਆ ਸੀਗੀ ਜੀ, ਕਿਹਾ ਬਸ ਬਹੁਜਨ ਸਮਾਜ ਪਾਰਟੀ ਨੇ ਜਿਹੜਾ ਇਹਨਾਂ 'ਚੋਂ ਲੈਸਰ ਜਿਹੜਾ ਘੱਟ ਵਾਲਾ ਜਿਹੜਾ ਸੀਗਾ ਉਹ ਚੁਣ ਲਿਆ ਘੱਟ ਜਿਹੜਾ। ਮੈਂ ਪੁੱਛਣਾ ਚਾਹੁੰਦਾ, ਮੈਂ ਦੱਸਣਾ ਚਾਹੁੰਦਾ ਆ, ਕਿਆ ਹਰਿਮੰਦਰ ਸਾਹਿਬ ਕਾਂਗਰਸ ਨੇ ਢਾਇਆ ਸੀ? ਬਹੁਜਨ ਸਮਾਜ ਪਾਰਟੀ ਕਾਂਗਰਸ ਨਾਲ ਤੇ ਗਈ ਨਹੀਂ ਜੀ, ਬਲਿਊ ਸਟਾਰ ਕਾਂਗਰਸ ਨੇ ਕੀਤਾ ਜੀ ਜੀ ਜੀ। ਔਰ ਬੁਰਸ਼ਾਗਰਦੀ ਪੰਜਾਬ ਦੇ ਉੱਤੇ, ਪੰਜਾਬ ਦੇ ਨੌਜਵਾਨਾਂ ਧੀਆਂ ਪੁੱਤਾਂ ਨੂੰ ਚੱਡੇ ਪਾੜੇ ਥਾਣਿਆਂ 'ਚ ਘੋਟਣੇ ਲਾਏ, ਧੀਆਂ ਭੈਣਾਂ ਬੇਪੱਤ ਕੀਤੀਆਂ, ਮੂੰਹਾਂ ਦੇ ਉੱਤੇ ਮੂਤ ਪਿਸ਼ਾਬ ਟੱਟੀ ਤੱਕ ਬੰਨੀ ਗਈ। ਇਹ ਕਾਂਗਰਸ ਦੇ ਰਾਜ 'ਚ ਹੋਇਆ, ਇਹ ਕਾਂਗਰਸ ਦੇ ਰਾਜ 'ਚ ਹੋਇਆ। ਅਸੀਂ ਕੋਈ ਕਾਂਗਰਸ ਤਾਂ ਚੁਣੀ ਨਹੀਂ ਹੈਗੀ ਜੀ, ਅਸੀਂ ਕਾਂਗਰਸ ਨੇ ਜਿਨ ਪੰਜਾਬ ਨੂੰ ਦੋ ਹਿੱਸਿਆਂ ਵਿੱਚ 1947 ਵਿੱਚ ਵੰਡ ਦਿੱਤਾ, ਅਸੀਂ ਕਾਂਗਰਸ ਨਹੀਂ ਚੁਣੀ। ਅਸੀਂ ਜਿਹਨ ਪੰਜਾਬ ਨੂੰ ਲੰਗੜਾ ਪੰਜਾਬ ਬਣਾ ਦਿੱਤਾ, ਜਿਹੜਾ ਕਾਂਗਰਸ ਦੇ ਰਾਜ ਵਿੱਚ ਨਾਰਾ ਲੱਗਦਾ ਰਿਹਾ, ਕੱਛਾ ਕੜਾ ਔਰ ਕਿਰਪਾਨ ਇਨਕੋ ਭੇਜੇਂਗੇ ਪਾਕਿਸਤਾਨ, ਅਸੀਂ ਕਾਂਗਰਸ ਨੂੰ ਨਹੀਂ ਚੁਣਿਆ ਜੀ ਜੀ। ਅਸੀਂ ਜਿਹੜੇ ਕਹਿੰਦੇ ਆ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਅਸੀਂ ਦਸ਼ਮੇਸ਼ ਪਿਤਾ ਨੂੰ, ਅਸੀਂ ਉਸ ਪਾਰਟੀ ਨੂੰ ਚੁਣਿਆ ਜੀ। ਜਿਹੜੀ ਬੇਅਦਬੀ ਦੀ ਗੱਲ ਕਰਦੇ ਆ, ਉੱਥੇ ਸਮਾਜਯੋਗ ਸੁਖਬੀਰ ਬਾਦਲ ਜੀ ਨੇ ਬਿਆਨ ਸ਼੍ਰੀ ਹਰਿਮੰਦਰ ਸਾਹਿਬ ਦੀ ਦਰਗਾਹ ਦੇ ਵਿੱਚ ਖੜੇ ਹੋ ਕੇ, ਉਹਨਾਂ ਦੇ ਹਜੂਦ ਵਿੱਚ ਖੜੇ ਹੋ ਕੇ ਲਾਇਆ ਕਿ ਜੇ ਬੇਅਦਬੀ ਦਾ ਦੋਸ਼ੀ ਬਾਦਲ ਪਰਿਵਾਰ ਹੈ ਉਹਨਾਂ ਦਾ ਕੱਖ ਨਾ ਰਹੇ। ਔਰ ਮੈਂ ਚਾਹੁੰਦਾ ਆ ਕਿ ਜਿਹੜਾ ਇਹ ਬਿਆਨ ਵਾ ਉਹਨਾਂ ਦਾ, ਇਹ ਸਾਰੇ ਪੰਜਾਬੀਆਂ ਦਾ ਬਿਆਨ ਹੈ ਕਿ ਜਿਨ ਵੀ ਬੇਅਦਬੀ ਕੀਤੀ ਆ, ਜਿਹੜੇ ਵੀ ਬੇਅਦਬੀ ਦੇ ਦੋਸ਼ੀ ਆ, ਉਹਨਾਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਬਹੁਜਨ ਸਮਾਜ ਪਾਰਟੀ ਇਸ ਗੱਲ ਲਈ ਵਿਜਿੱਦ ਹੈ, ਔਰ ਬੇਅਦਬੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਬਹੁਜਨ ਸਮਾਜ ਪਾਰਟੀ ਸਰਕਾਰ ਬਣਾ ਕੇ ਮੁੱਖ ਰੋਲ ਅਦਾ ਕਰੇਗੀ। ਔਰ ਕਾਂਗਰਸ ਨੇ ਤਾਂ ਦਸ਼ਮੇਸ਼ ਪਿਤਾ ਨੂੰ ਧੋਖਾ ਦੇ ਦਿੱਤਾ, ਤਲਵੰਡੀ ਸਾਹਿਬ, ਦਮਦਮਾ ਸਾਹਿਬ, ਤਖ਼ਤ ਸਾਹਿਬ ਨੂੰ ਧੋਖਾ ਦੇ ਦਿੱਤਾ, ਗੁਰਬਾਣੀ ਮੱਥੇ ਨੂੰ ਲਾ ਕੇ ਧੋਖਾ ਦੇ ਦਿੱਤਾ। ਆਜ਼ਾਦੀ ਦੇ 74 ਸਾਲਾਂ 'ਚ ਅੱਜ ਤੱਕ ਕਿਸੇ ਪਾਰਟੀ ਨੇ
ਲੋਕਾਂ ਨੂੰ ਧੋਖਾ ਦਿੱਤਾ ਹੋ ਸਕਦਾ, ਲਾਰੇ ਲਾ ਕੇ ਵਾਅਦੇ ਲਾ ਕੇ ਕਦੇ ਗੁਰੂਆਂ ਨੂੰ ਗੁਰਬਾਣੀ ਨੂੰ ਵੀ ਧੋਖਾ ਦਿੰਦੀ ਕੋਈ ਪਾਰਟੀ ਦੇਖੀ? ਕਾਂਗਰਸ ਨੇ ਦਿੱਤਾ। ਬਹੁਜਨ ਸਮਾਜ ਪਾਰਟੀ ਜੇ ਕਾਂਗਰਸ ਨੂੰ ਸਬਕ ਸਿਖਾਉਣਾ ਚਾਹੁੰਦੀ ਆ, ਅੱਜ ਕਾਂਗਰਸ ਨੂੰ ਸਬਕ ਸਿਖਾਉਣ ਦੇ ਲਈ ਕਿਆ ਆਰਐਸਐਸ ਦੀ ਟੀਮ ਆਮ ਆਦਮੀ ਪਾਰਟੀ ਦੇ ਘਰੇੜੀ ਚੜ ਜਾਈਏ ਅਸੀਂ? ਕਿਆ ਆਰਐਸਐਸ ਜਿਹੜੀ ਬੀਜੇਪੀ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਹਰਿਆਣੇ 'ਚ ਕਹਿੰਦੀ ਜਾ ਕੇ ਪਾਣੀ ਵੰਡਿਆ ਜਾਣਾ ਚਾਹੀਦਾ, ਪੰਜਾਬ ਦੇ ਵਿੱਚ ਆ ਕੇ ਕਹਿੰਦੀ ਪਾਣੀ ਰੱਖਣਾ ਚਾਹੀਦਾ, ਹਰਿਆਣੇ ਜਾ ਕੇ ਕਹਿੰਦੀ ਚੰਡੀਗੜ੍ਹ ਖੋ ਲਓ, ਪੰਜਾਬ ਆ ਕੇ ਕਹਿੰਦੀ ਚੰਡੀਗੜ੍ਹ ਰੱਖ ਲਓ, ਅਸੀਂ ਇੱਦਾਂ ਦੀ ਦੋਗਲੀ ਪਾਰਟੀ ਨਾਲ ਜਾਂਦੇ? ਔਰ ਅੱਜ ਦੀ ਖਬਰ ਪੜ੍ਹੋ, ਅਜੀਤ ਦੀ ਅੱਜ ਦੀ ਖਬਰ ਪੜ੍ਹੋ, ਇੱਕ ਉਮਰਾ ਨੰਗਲ ਇਹਨਾਂ ਦੇ ਜਿਹੜੇ ਤਿੰਨ ਦੋਸ਼ੀ ਆ ਗੋਲੀ ਚਲਾਉਣ ਵਾਲੇ, ਬੀਜੇਪੀ ਸਮੇਤ ਸੈਣੀ ਔਰ ਆਈ ਜੀ ਪਰਮਰਾਜ ਉਮਰਾ ਨੰਗਲ ਔਰ ਐਸ ਐਸ ਪੀ ਚਰਨਜੀਤ ਸ਼ਰਮਾ, ਗੋਲੀ ਚੱਲੀ ਆ ਉੱਥੇ ਐਸ ਐਸ ਪੀ ਕੌਣ ਹੈ? ਗੋਲੀ ਚਲਾਉਣ ਦਾ ਇਮੀਡੀਏਟ ਆਰਡਰ ਕੌਣ ਦਿੰਦਾ? ਉੱਥੋਂ ਦਾ ਜਿਹੜਾ ਮਜਿਸਟਰੇਟ ਵਾ, ਡਿਊਟੀ ਮਜਿਸਟਰੇਟ ਆ, ਉਹਨੇ ਆਰਡਰ ਦੇਣੇ ਆ। ਇਹ ਆਰਡਰ ਦੇਣ ਦਾ ਜਿਹੜਾ ਅਧਿਕਾਰ ਖੇਤਰ ਹੈ ਇਹ ਡਿਊਟੀ ਮਜਿਸਟਰੇਟ ਦਾ। ਡਿਊਟੀ ਮਜਿਸਟਰੇਟ ਇਮੀਡੀਏਟ ਕਿਹਦੇ ਨਾਲ ਸਲਾਹ ਕਰਦਾ? ਐਸ ਐਸ ਪੀ ਨਾਲ ਕਰਦਾ। ਐਸ ਐਸ ਪੀ ਸ਼ਰਮਾ ਜੀ ਆ, ਤੇ ਕਿਆ ਪਤਾ ਸ਼ਰਮਾ ਜੀ ਨੇ ਗੰਗੂਗਿਰੀ ਕੀਤੀ ਹੋਵੇ ਪੰਜਾਬ ਨੂੰ ਪੰਥ ਨੂੰ ਕੁਚਲਣ ਦੇ ਲਈ। ਇੱਕ ਨਵੀਂ ਪਾਰਟੀ ਜਿਹੜੀ ਬੀਜੇਪੀ ਆਰ ਐਸ ਐਸ ਹੈੱਡਕੁਆਟਰਾਂ ਚੋਂ ਨਿਕਲੀ ਆਮ ਆਦਮੀ ਪਾਰਟੀ, ਉਹਨੂੰ ਪੰਜਾਬ ਦਾ ਸਰਬੋਰ ਬਣਾਉਣ ਦੇ ਲਈ ਕੀ ਪਤਾ ਸ਼ਰਮਾ ਜੀ ਨੇ ਕੋਈ ਗੰਗੂਗਿਰੀ ਕੀਤੀ ਹੋਵੇ? ਇਸ ਕਰਕੇ ਜਿਹੜਾ ਐਨ ਆਰ ਆਈ ਭਾਈਚਾਰੇ ਦੇ ਇਹ ਸਵਾਲ ਨੇ, ਇਹ ਬਹੁਤ ਵੱਡੇ ਇਹਨਾਂ ਦੇ ਸਵਾਲ ਨੇ, ਖਦਸ਼ੇ ਨੇ। ਔਰ ਬਹੁਜਨ ਸਮਾਜ ਪਾਰਟੀ, ਐਨ ਆਰ ਆਈ ਸਮੁੱਚੇ ਭਾਈਚਾਰੇ ਜਿਹੜਾ ਪੰਜਾਬ ਲਈ ਤੜਫ ਰਿਹਾ, ਬਹੁਜਨ ਸਮਾਜ ਪਾਰਟੀ ਤੁਹਾਡੇ ਸਵਾਲਾਂ ਦਾ ਉੱਤਰ ਲੱਭੇਗੀ, ਤੁਹਾਡੇ ਸਵਾਲਾਂ ਦਾ ਉੱਤਰ ਬਣੇਗੀ। ਕਿਰਪਾ ਕਰਕੇ ਆਪਣੇ ਸਵਾਲ ਪੁੱਛਦੇ ਕਰੋ। ਅਸੀਂ ਸਾਰਿਆਂ ਦਾ ਸਵਾਗਤ ਕਰਦੇ ਡਾਕਟਰ ਬਾਜਵਾ ਜੀ ਦਾ, ਔਰ ਬਾਜਵਾ ਜੀ ਨੇ ਜਿਹੜੀ ਸਮੁੱਚੇ ਐਨ ਆਰ ਆਈ ਭਾਈਚਾਰੇ ਦੀ ਆਵਾਜ਼ ਉਠਾਈ ਆ, ਅਸੀਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਤੇ ਭਰੋਸਾ ਕਰਿਓ, ਅਸੀਂ ਗੁਰੂ ਦੇ ਗਰੀਬ ਸਿੱਖ ਹਾਂ, ਜਿਨ੍ਹਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਕਲ ਕਹਿ ਕੇ ਦਸ਼ਮੇਸ਼ ਪਿਤਾ ਨੇ ਗਲ ਨਾਲ ਲਾਇਆ, ਜਿਨ੍ਹਾਂ ਦੇ ਸਿਰਾਂ ਤੇ ਕਲਗੀਆਂ ਸਜਾਈਆਂ, ਅਸੀਂ ਪੰਥ ਦਾ, ਪੰਜਾਬ ਦਾ, ਗੁਰੂਆਂ ਦਾ ਅਸੀਂ ਕਰਜ਼ਾ ਮੋੜਾਂਗੇ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦਵਾਂਗੇ। ਜੀ ਜੀ ਗੜੀ ਸਾਹਿਬ, ਬਹੁਤ ਸੋਹਣਾ ਤੁਸੀਂ ਇਲੈਬੋਰੇਟ ਕੀਤਾ ਜਿਹੜੇ ਕੁਸ਼ਚਨ ਡਾਕਟਰ ਬਾਜਵਾ ਦੇ ਇਕੱਲਿਆਂ ਦੇ ਨਹੀਂ, ਪਰ ਖਦਸ਼ੇ ਹੋਰ ਬਹੁਤ ਹੈ। ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ। ਮੇਰਾ ਕੁਸ਼ਚਨ ਹੈ ਕਿ ਇੱਕ ਜਿਹੜਾ ਖਦਸ਼ਾ ਹੋ ਰਿਹਾ ਕਿ ਡਿਪਟੀ ਸੀਐਮ, ਮੰਨ ਲਓ ਤੁਸੀਂ ਜਿੱਤ ਹਾਸਲ ਕਰ ਲੈਂਦੇ ਹੋ, ਅਫਕੋਰਸ ਸੀਐਮ ਤਾਂ ਸ਼੍ਰੋਮਣੀ ਅਕਾਲੀ ਦਲ ਆਪਦਾ ਬਣਾਊਗਾ, ਡਿਪਟੀ ਸੀਐਮ ਤੁਹਾਡਾ ਹੋਊਗਾ, ਉਹ ਚਿਹਰਾ ਕਿਹੜਾ ਅੱਗੇ ਲੈ ਕੇ ਆ ਰਹੇ ਹੋ? ਨਹੀਂ, ਮੇਰੀ ਡਿਊਟੀ, ਸਾਡੇ ਰਾਸ਼ਟਰੀ ਨੇਤਾ ਭੈਣ ਕੁਮਾਰੀ ਮਾਇਆਵਤੀ ਜੀ, ਸਾਡੀ ਪਾਰਟੀ 'ਚ ਇੱਕ ਬਹੁਤ ਵੱਡਾ ਡਿਸਿਪਲਿਨ ਚੱਲਦਾ ਆ, ਔਰ ਪੰਜਾਬ ਦਾ, ਸੂਬਿਆਂ ਦਾ ਪ੍ਰਧਾਨ, ਮੇਰੇ ਵਰਗੇ ਸਾਡੀ ਪਾਰਟੀ ਕੋਲ 25-30 ਹੋਰ ਪ੍ਰਧਾਨ ਹੈਗੇ ਆ, ਮੈਂ ਬਹੁਤ ਛੋਟਾ ਜਿਹਾ ਵਰਕਰ ਹੈ। ਮੇਰੀ ਜਿਹੜੀ ਡਿਊਟੀ ਪੰਜਾਬ 'ਚ ਲੱਗੀ 117 ਸੀਟਾਂ 'ਤੇ ਸੰਗਠਨ ਬਣਾਉਣ ਦੀ ਆ ਕਿ BSP ਨੂੰ ਖੜਾ ਕਰੋ। ਜੀ ਜੀ ਜੀ, ਅੱਜ ਮੇਰੀ ਡਿਊਟੀ ਲੱਗੀ ਆ 117 ਸੀਟਾਂ 'ਚੋਂ 20 ਸੀਟਾਂ ਬਹੁਜਨ ਸਮਾਜ ਪਾਰਟੀ ਲੜੇ ਔਰ ਜਿੱਤੇ, 97 ਸੀਟਾਂ ਸ਼੍ਰੋਮਣੀ ਅਕਾਲੀ ਦਲ ਲੜੇ ਔਰ ਜਿੱਤੇ। ਮੈਂ ਇਸ ਡਿਊਟੀ ਨੂੰ ਨਿਭਾਉਣ 'ਚ ਲੱਗਾ ਹੋਇਆ ਆ। ਪਦ, ਪੋਸਟ ਔਰ ਡੈਜੀਗਨੇਸ਼ਨ ਕਿਹੜਾ ਆਉਣਾ, ਕਿਹੜਾ ਜਾਣਾ, ਇਹਦਾ ਫੈਸਲਾ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨੇ ਕਰਨਾ। ਬਹੁਤ ਸੋਹਣਾ ਜੀ, ਬਹੁਤ ਚੰਗੀ ਗੱਲ ਕੀਤੀ। ਆਪਣੇ ਕੋਲ ਨਾ 4 ਮਿੰਟ ਨੇ ਗੜੀ ਸਾਹਿਬ, ਮੈਂ ਅੱਜ ਆਪਣਾ ਸਮਾਂ ਬਹੁਤ ਥੋੜ੍ਹਾ, ਕੁਐਸਚਨ ਬਹੁਤ ਜ਼ਿਆਦਾ ਨੇ, ਖਾਸ ਕਰਕੇ ਇੱਥੇ NRI ਬੈਲਟਸ ਦੇ ਵਿੱਚ। ਮੈਂ ਤੁਹਾਨੂੰ ਤਾਕੀਦ ਤਕਲੀਫ ਦਊਂਗਾ ਇੱਕ ਦਿਨ ਹੋਰ ਪੂਰਾ ਸੈਸ਼ਨ ਲਾਉਣ ਦੀ, ਪਰ ਮੈਂ ਤੁਹਾਨੂੰ ਇਹ ਕਹੂੰਗਾ ਕਿ ਜਿਹੜੇ ਮੋਹਰੇ ਮੁੱਦੇ ਬਹੁਤ ਵੱਡੇ ਨੇ, ਚਾਹੇ ਉਹ ਰੇਤ ਮਾਫੀਆ ਲੈ ਲਈਏ, ਟਰਾਂਸਪੋਰਟ ਮਾਫੀਆ ਲੈ ਲਈਏ, ਚਾਹੇ ਉਹ ਆਪਾਂ ਡਰੱਗਸ ਦਾ ਇਸ਼ੂ ਲੈ ਲਈਏ, ਔਰ ਉਸ ਤੋਂ ਬਾਅਦ ਅਨਇੰਪਲੋਇਮੈਂਟ ਦਾ ਇਸ਼ੂ ਲੈ ਲਈਏ, ਔਰ ਜਿਹੜਾ ਹੈਲਥ ਸਿਸਟਮ ਹੈ, ਖਾਸ ਕਰਕੇ ਆ ਜਿਹੜੀ ਮਹਾਮਾਰੀ ਦੇ ਵਿੱਚ ਦੀ ਆਪਾਂ ਨਿਕਲ ਕੇ ਆਏ ਹਾਂ, ਉਹ ਤੋਂ ਦੇਖ ਕੇ ਕਈ ਔਕੜਾਂ ਆਈਆਂ, ਤੁਸੀਂ ਗੌਰਮੈਂਟ ਫੋਰਮ ਕਰਦੇ ਹੋ, ਇਹ ਬਹੁਤ ਵੱਡੇ ਵੱਡੇ ਇਸ਼ੂਜ਼ ਨੇ, ਤੁਸੀਂ ਕੋਸ਼ਿਸ਼ ਜ਼ਰੂਰ ਕਰਿਓ ਕਿ ਉਹ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਜਾਂ ਬਾਬੂ ਕਾਂਸ਼ੀ ਰਾਮ, ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲ ਸਕਿਓ, ਅਤੇ ਜਿਹੜਾ ਨਵਾਂ ਪੰਜਾਬ ਸਿਰਜ ਸਕੋ, ਨਵਾਂ ਭਾਰਤ ਸਿਰਜ ਸਕੋ। ਅਖੀਰ ਦੇ ਵਿੱਚ ਜੇ ਤੁਸੀਂ NRI ਨੂੰ ਕੋਈ 2-3 ਮਿੰਟ ਲਈ ਆਪਦਾ ਸੰਦੇਸ਼ਾ ਦੇਣਾ ਤਾਂ ਜ਼ਰੂਰ ਦਿਓ, ਪਰ ਇੱਕ ਪ੍ਰੋਮਿਸ ਕਿ ਇੱਕ ਸੈਸ਼ਨ ਹੋਰ ਲਾਵਾਂਗੇ ਤੁਹਾਡੇ ਨਾਲ। ਬਿਲਕੁਲ, ਮੈਨੂੰ ਤੁਹਾਡਾ ਪਤਾ ਲੱਗ ਗਿਆ, ਔਰ ਅਗਲੀ ਵਾਰੀ ਜਦੋਂ ਪ੍ਰੋਗਰਾਮ ਅਪੁਆਇੰਟ ਕਰਾਂਗੇ, ਫਿਕਸ ਡੇਟ, ਫਿਕਸ ਟਾਈਮ, ਔਰ ਵੱਡੇ ਪ੍ਰਚਾਰ ਦੇ ਨਾਲ ਕਰਾਂਗੇ। ਮੇਰੇ NRI ਭਾਈਚਾਰੇ ਤੋਂ ਅਪੀਲ ਹੈ, ਜਿਹੜਾ ਪੰਜਾਬ ਦੇ ਗਿਆ ਔਰ ਵੱਖ ਵੱਖ ਦੇ ਧਰਤੀ ਦੇ ਵੱਖ ਵੱਖ ਕੋਨਿਆਂ 'ਚ ਰਹਿ ਰਿਹਾ, ਅਸਲੀ ਤਰੱਕੀ ਪੰਜਾਬ ਦੀ ਹਿਊਮਨ ਡਿਵੈਲਪਮੈਂਟ ਇੰਡੈਕਸ ਸਾਨੂੰ ਜਿਹੜਾ ਹੈਗਾ ਇਹ ਵੱਡਾ ਕਰਨਾ ਪੈਣਾ, ਇਹਦਾ ਜਿਹੜਾ ਲੈਵਲ ਉੱਚਾ ਕਰਨਾ ਪੈਣਾ। ਹਿਊਮਨ ਡਿਵੈਲਪਮੈਂਟ ਇੰਡੈਕਸ ਜਿਹੜਾ ਉੱਚਾ ਹੁੰਦਾ ਆ, ਉਹ ਇੱਥੋਂ ਦੇ ਜਿਹੜੇ ਲੋਕ ਹੈ ਉਹ ਹੱਸਦੇ, ਖੇਡਦੇ, ਪਹਿਨਦੇ ਨਜ਼ਰ ਆਉਣੇ ਚਾਹੀਦੇ ਆ। ਇੱਥੋਂ ਦੇ ਲੋਕ ਹੱਸਣ, ਨੱਚਣ, ਕੁੱਦਣ, ਮਨਕਾ ਚਾਓ ਪੂਰਾ ਕਰਦੇ ਨਜ਼ਰ ਆਉਣੇ ਚਾਹੀਦੇ ਆ। ਇੱਥੋਂ ਦੇ ਲੋਕ ਪਵਨ, ਗੁਰੂ, ਪਾਣੀ, ਪਿਤਾ, ਮਾਤਾ, ਧਰਤ, ਮਹਾਂ, ਚੰਗੀ ਹਵਾ, ਚੰਗੀ ਪਾਣੀ, ਚੰਗੀ ਧਰਤੀ 'ਚ ਰਹਿੰਦੇ ਨਜ਼ਰ ਆਉਣੇ ਚਾਹੀਦੇ ਆ। ਇੱਥੋਂ ਦੇ ਲੋਕ
ਮਾਧੋ ਅਵਿਦਿਆ ਹਿਤਕੀਨ ਵਿਵੇਕ ਦੀਪ ਮਲੀਨ ਵਿਦਿਆ ਵਿਚਾਰੀ ਤੇ ਪਰਉਪਕਾਰੀ ਗੁਰ ਪ੍ਰਸ਼ਾਦੀ ਵਿਦਿਆ ਵਿਚਾਰੇ ਪੜ ਪੜ ਪਾਵੇ ਮਾਣ ਵੱਡੇ ਵੱਡੇ ਵਿਦਵਾਨ ਫ੍ਰੀ ਐਜੂਕੇਸ਼ਨ ਚੰਗੀ ਸਿਹਤ ਚੰਗਾ ਰੁਜ਼ਗਾਰ ਇਹ ਤਿੰਨ ਤਿੰਨ ਚਾਰ ਚੀਜ਼ਾਂ ਜਿਹੜੀਆਂ ਤੁਹਾਡੇ 'ਚ ਮੈਂ ਰੱਖੀਆਂ NRI ਭਾਈਚਾਰੇ ਅੱਗੇ ਅਪੀਲ ਹੈ ਕਿ ਸਾਨੂੰ ਪੰਜਾਬ ਦੇ ਵਿੱਚ ਜ਼ੀਰੋ ਤੋਂ ਸੋਚਣਾ ਚਾਹੀਦਾ ਜ਼ੀਰੋ ਤੋਂ ਸੋਚ ਕੇ ਜਿਹਨਾਂ ਜਿਹੜੀਆਂ ਪਾਰਟੀਆਂ ਇਹ ਪੋਲਸੀਆਂ ਲੈ ਕੇ ਤੁਰੀਆਂ ਹੋਈਆਂ ਆ ਕਿ ਲੋਕਾਂ ਦੀ ਤਰੱਕੀ ਹੋਣੀ ਚਾਹੀਦੀ ਆ ਸੜਕਾਂ ਪੁਲ ਇਹ ਚੀਜ਼ਾਂ ਸੈਕੰਡਰੀ ਨੇ ਇਹ ਚੀਜ਼ਾਂ ਆਪੇ ਖੁਦ ਵੱਧ ਜਾਣਗੀਆਂ ਜੇ ਇੱਥੋਂ ਦੇ ਲੋਕ ਚੰਗੇ ਜਿਹੜੇ ਆ ਉਹ ਡਿਵੈਲਪ ਹੋਣ HDI ਹਿਊਮਨ ਡਿਵੈਲਪਮੈਂਟ ਇੰਡੈਕਸ ਜਿਹੜਾ ਉਹਨੂੰ ਡਿਵੈਲਪ ਕਰੀਏ ਗੁਰੂਆਂ ਦੇ ਸੁਪਨੇ ਪੂਰੇ ਕਰੀਏ ਦਸ਼ਮੇਸ਼ ਪਿਤਾ ਔਰ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਗੁਰੂਆਂ ਨੇ ਸੁਪਨੇ ਪੂਰੇ ਲਏ ਆ ਉਹ ਪੂਰੇ ਕਰੀਏ ਇਹਨਾਂ ਸ਼ਬਦਾਂ ਨਾਲ ਮੈਂ ਸਮੁੱਚੇ NRI ਭਾਈਚਾਰੇ ਦਾ ਜਸ ਪੰਜਾਬੀ TV ਦਾ ਔਰ ਪੰਡਾਲ ਸਾਹਿਬ ਤੁਹਾਡਾ ਸਾਰਿਆਂ ਦਾ ਸੀਸ ਨਵਾ ਕੇ ਪੂਰੀ ਬਹੁਜਨ ਸਮਾਜ ਪਾਰਟੀ ਤੁਹਾਡਾ ਸ਼ੁਕਰੀਆ ਅਦਾ ਕਰਦੀ ਬਹੁਤ ਬਹੁਤ ਧੰਨਵਾਦ ਗੜੀ ਸਾਹਿਬ ਤੁਸੀਂ ਟਾਈਮ ਕੱਢਿਆ ਆਪਾਂ ਫਿਰ ਪ੍ਰੋਗਰਾਮ ਲਾਵਾਂਗੇ ਜਿਹੜੇ ਸ਼ਬਦਾਂ ਨਾਲ ਤੁਸੀਂ ਐਂਡ ਕੀਤਾ ਆ ਕਾਸ਼ ਇਹ ਹੋ ਸਕੇ ਕੋਸ਼ਿਸ਼ ਜ਼ਰੂਰ ਕਰਿਓ ਫਿਰ ਬਣੂੰਗਾ ਬੇਗਮਪੁਰਾ ਸ਼ਹਿਰ ਦਾ ਨਾਮ ਬਹੁਤ ਬਹੁਤ ਧੰਨਵਾਦ ਗੜੀ ਸਾਹਿਬ ਤੁਸੀਂ ਟਾਈਮ ਕੱਢਿਆ ਦਰਸ਼ਕੋ ਇਹ ਸਨ ਜਸਵੀਰ ਸਿੰਘ ਗੜੀ ਪ੍ਰੈਜ਼ੀਡੈਂਟ ਪੰਜਾਬ ਸਟੇਟ ਬਹੁਜਨ ਸਮਾਜ ਪਾਰਟੀ ਬਹੁਤ ਕੁਐਸਚਨ ਨੇ ਕਾਲਾਂ ਬਹੁਤ ਜੁੜੀਆਂ ਹੋਈਆਂ ਨੇ ਪਰ ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ ਆਪਾਂ ਫਿਰ ਇਹਨਾਂ ਨੂੰ ਕਿਸੇ ਦਿਨ ਲੈ ਕੇ ਆਵਾਂਗੇ ਅੱਜ ਦਾ ਪ੍ਰੋਗਰਾਮ ਇੱਥੇ ਤੱਕ ਸੀ ਅਗੇਨ ਆਪਣਾ ਪੂਰਾ ਖਿਆਲ ਰੱਖਣਾ ਵਿਸਲੇ ਹੋਣ ਦੀ ਲੋੜ ਨਹੀਂ ਹੈ ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਅਤੇ ਸ਼ਬਾਕਾਰ